ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TVT4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ, ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਇਸ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਉਣਾ ਮਿਲ ਕੇ ਅੱਜ ਦੀਆਂ ਵਿਚਾਰ ਚਰਚਾਵਾਂ ਕਰਦੇ ਹਾਂ ਜੀ। ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਅੱਜ 3 ਅਗਸਤ 2018 19 ਸਾਲ ਨਾਨਕਸ਼ਾਹੀ ਸੰਮਤ 550 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਫਿਊਰਸ, ਜੇ ਤੁਸੀਂ ਹੱਕ ਸੱਚ ਇਨਸਾਫ਼ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TVT4 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫੈਬ ਕੇਬਲ ਇਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, TVT4 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ 'ਤੇ ਤੁਸੀਂ TVT4 ਨੂੰ ਦੇਖ ਸਕਦੇ ਹੋ। ਫਿਊਰਸ, ਜੇ ਤੁਸੀਂ TVT4 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਅਤੇ ਸ਼ੇਅਰ ਕਰੋ ਅਤੇ ਨਾਲ ਹੀ YouTube 'ਤੇ ਸਬਸਕ੍ਰਾਈਬ ਕਰੋ। ਥੈਂਕ ਯੂ ਸੋ ਮੱਚ, ਸੋ ਕੀਪ ਵਾਚਿੰਗ TVT4। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਸ ਤਰ੍ਹਾਂ ਕਿ ਅਸੀਂ ਇਸ ਵੀਕ ਦਾ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਤਾਂ ਜੋ ਵੀ ਅੱਜ ਦਾ ਇਸ਼ੂ ਹੈਗਾ ਪਹਿਲਾਂ ਉਸ ਬਾਰੇ ਤੁਹਾਡੇ ਵਿਚਾਰ ਜਾਣੇ ਚਾਹਾਂਗੇ ਜੀ ਡਾਕਟਰ ਸਾਹਿਬ। ਦੇਖੋ, ਹਫ਼ਤੇ ਦਾ ਤਾਂ ਅਖੀਰਲਾ ਪ੍ਰੋਗਰਾਮ ਹੈ ਹੀ ਹੈ ਜੀ, ਪਰ ਜਿਸ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਇਸ ਵੇਲੇ ਖਾਲਿਸਤਾਨ ਦੀ ਗੱਲ ਦੇ ਵਿੱਚ ਉਭਾਰ ਹੈ, ਡਾਇਸਪੋਰਾ ਸਿੱਖਾਂ ਨੇ ਆਪਣਾ ਮਸਲ ਫਲੈਕਸ ਕਰਨਾ ਸ਼ੁਰੂ ਕੀਤਾ, ਆਪਣੇ ਡੌਲੇ ਵਿਖਾਉਣੇ ਸ਼ੁਰੂ ਕੀਤੇ ਨੇ ਜੀ, ਤੇ ਭਾਰਤ ਦੀਆਂ ਖੁਫੀਆ ਏਜੰਸੀਆਂ, ਉਹਨਾਂ ਦਾ ਜ਼ਰ ਖਰੀਦ ਮੀਡੀਆ ਔਰ ਈਵਨ ਬਾਹਰ ਵੀ ਜਿੱਥੇ ਕਿ ਉਹਨਾਂ ਨੇ ਆਪਣਾ ਚੰਗਾ ਨੈਟਵਰਕ ਬਣਾਇਆ, ਉਹਨਾਂ ਨੇ ਨਾਲ ਦੀ ਨਾਲ ਹੀ ਸ਼ਰਾਰਤ ਭਰੀਆਂ ਸਟੋਰੀਜ਼ ਵੀ ਪ੍ਰਾਂਟ ਕਰਨੀਆਂ ਸ਼ੁਰੂ ਕੀਤੀਆਂ ਮੀਡੀਆ 'ਚ ਜੀ। ਉਹਨਾਂ ਦੇ ਜਿਹੜੇ ਕਮੈਂਟੇਟਰ ਨੇ ਜਾਂ ਸੋ ਕਾਲਡ ਮਾਹਿਰ ਜਾਂ ਐਕਸਪਰਟ ਕਹਿ ਕੇ ਜਿਹੜੇ ਬਿਠਾਏ ਜਾਂਦੇ ਨੇ ਇਲੈਕਟ੍ਰੋਨਿਕ ਮੀਡੀਆ 'ਤੇ, ਉਹ ਵੀ ਇਸ ਨੂੰ ਬੜਾ ਇੱਕ ਖੌਫਨਾਕ ਮੁਹਿੰਮ ਦੇ ਤੌਰ ਦੇ ਉੱਤੇ ਔਰ ਖੌਫਨਾਕ ਵਿਚਾਰਧਾਰਾ ਵਾਪਸ ਉੱਭਰ ਰਹੀ ਹੈ ਇਸ ਨੂੰ ਕੇ ਵਰਡ, ਕਿਉਂਕਿ ਖਾਲਿਸਤਾਨ ਕੇ ਨਾਲ ਸ਼ੁਰੂ ਹੁੰਦਾ ਤੇ ਕਸ਼ਮੀਰ ਵੀ ਕੇ ਨਾਲ ਸ਼ੁਰੂ ਹੁੰਦਾ, ਸੋ ਆਲਰੇਡੀ ਉਹ ਇਵੇਂ ਪ੍ਰੈਜੈਂਟ ਕਰ ਰਹੇ ਨੇ ਕਿ ਵੀ ਇੱਕ ਕਸ਼ਮੀਰ ਹੀ ਸਾਡੇ ਤੋਂ ਨਹੀਂ ਸੀ ਸਾਂਭਿਆ ਜਾਂਦਾ ਤੇ ਐਨਦਰ ਕੇ, ਹੁਣ ਇੱਕ ਹੋਰ ਕੇ ਜਿਹੜਾ ਉਹ ਖੜਾ ਹੋ ਗਿਆ ਔਰ ਇਸ ਨੂੰ ਈਵਨ ਜਿੱਥੇ ਡਾਇਸਪੋਰਾ ਦੇ ਵਿੱਚ ਸਾਡੀ ਇਹ ਅੰਡਰਸਟੈਂਡਿੰਗ ਹੈ ਔਰ ਅਸੀਂ ਤਾਂ ਪਿਛਲੇ 30 ਸਾਲ ਤੋਂ ਇਸ ਗੱਲ ਦੇ ਮੁਦਈ ਰਹੇ ਕਿ ਕਸ਼ਮੀਰ ਦੀ ਆਜ਼ਾਦੀ ਜਿਹਦੇ ਲਈ UN ਸਿਕਿਉਰਿਟੀ ਕੌਂਸਲ ਦੇ ਮਤੇ ਨੇ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੇ ਕਿ ਲੋਕਾਂ ਨੂੰ ਇਹ ਹੱਕ ਹੋਣਾ ਚਾਹੀਦਾ, ਇਹ ਵੱਖਰੀ ਗੱਲ ਹੈ ਕਿ ਭਾਰਤੀ ਹਾਕਮਾਂ ਨੇ ਇੰਡੀਅਨ ਜਿਹੜਾ ਆਪਣੀ ਆਰਮੀ ਦੇ ਜ਼ੋਰ ਦੇ ਉੱਤੇ ਕਸ਼ਮੀਰੀ ਲੋਕਾਂ ਦੀ ਆਜ਼ਾਦੀ ਦਾ ਗਲਾ ਘੁੱਟਿਆ ਹੋਇਆ ਔਰ ਉਹ ਸਟਰਗਲ ਇੱਕ ਬਿਲਕੁਲ ਸ਼ਾਂਤਮਈ ਤੋਂ 1988-99 ਤੱਕ ਪਹੁੰਚਦਿਆਂ ਹਥਿਆਰਬੰਦ ਸੰਘਰਸ਼ ਦੇ ਰੂਪ ਦੇ ਵਿੱਚ ਆਈ ਸਾਹਮਣੇ ਔਰ ਹੁਣ ਤਾਂ ਇਹ ਬਿਲਕੁਲ ਗ੍ਰਾਸਰੂਟ ਲੈਵਲ ਦੇ ਉੱਤੇ ਉਹਨਾਂ ਦੇ ਸਕੂਲਾਂ 'ਚ ਜਾਣ ਵਾਲੇ ਬੱਚੇ ਬੱਚੀਆਂ, ਔਰ ਕੋਈ ਦਿਨ ਐਸਾ ਨਹੀਂ ਹੈ ਜਿੱਦਣ ਇਹ ਖਬਰ ਨਹੀਂ ਹੁੰਦੀ ਕਿ ਜੀ ਕਸ਼ਮੀਰ ਵੈਲੀ ਦੇ ਵਿੱਚ ਜਿਹੜਾ ਬਿਲਕੁਲ ਇੰਟਰਨੈਟ ਔਰ ਦੂਸਰੀਆਂ ਸਰਵਿਸਿਜ਼ ਬੰਦ ਕਰ ਦਿੱਤੀਆਂ ਗਈਆਂ ਨੇ, ਉੱਥੇ ਮੁਕਾਬਲਾ ਹੋ ਰਿਹਾ, ਉੱਥੇ ਨੌਜਵਾਨ ਬੱਚਾ ਜਾਂ ਬੱਚੀ ਵੀ ਜਿਹੜਾ ਉਹ ਗੋਲੀ ਦੇ ਨਾਲ ਮਾਰਿਆ ਗਿਆ, ਸੋ ਇਹ ਇੱਕ ਰੂਟੀਨ ਬਣਾ ਦਿੱਤੀ ਗਈ ਹੈ ਔਰ ਇਸ ਸਾਰੇ 'ਚੋਂ ਹੀ ਜਿਵੇਂ ਅਸੀਂ ਅੱਗੇ ਵੀ ਜ਼ਿਕਰ ਕੀਤਾ ਸੀ ਕਿ 6 ਅਗਸਤ ਨੂੰ ਉਹਨਾਂ ਨੇ ਸੁਪਰੀਮ ਕੋਰਟ ਦੇ ਵਿੱਚ ਇਹਦੀ ਹੀਅਰਿੰਗ ਕਿ ਆਰਟੀਕਲ 35A ਜਿਹੜਾ ਕਸ਼ਮੀਰ ਨੂੰ ਜਿਹੜਾ ਹੱਕ ਦਿੰਦਾ 370 ਦੇ ਥੱਲੇ ਪ੍ਰੈਜ਼ੀਡੈਂਟ ਦੀ
ਜਿਹੜਾ ਉਸ ਆਰਡੀਨੈਂਸ ਦੇ ਨਾਲ 1955 ਜਾਂ 54 ਦੇ ਵਿੱਚ ਇਹਨੂੰ ਇਨਸਰਟ ਕੀਤਾ ਗਿਆ ਸੀ ਕਿ ਇਹ ਅਨਕਾਂਸਟੀਟਿਊਸ਼ਨਲ ਹੈ, ਔਰ ਉਸ ਬਾਰੇ ਜੰਮੂ ਕਸ਼ਮੀਰ ਸਰਕਾਰ ਨੇ ਕੱਲ੍ਹ ਆਪਣਾ ਪੇਸ਼ ਕੀਤਾ ਹੈ ਮੁਤਾਲਬਾ ਕਿ ਜੀ ਅਸੀਂ ਉੱਥੇ ਲੋਕਲ ਇਲੈਕਸ਼ਨ ਵਗੈਰਾ ਕਰਵਾ ਰਹੇ ਹਾਂ, ਇਸ ਲਈ ਇਹਦੇ 'ਤੇ ਸੁਣਵਾਈ ਅੱਗੇ ਪਾਈ ਜਾਏ। ਪਰ ਇਸ ਗੱਲ ਦੇ ਲਈ ਉਹ ਜੰਮੂ ਬਾਰ ਕੌਂਸਲ ਹੋਏ, ਉਹਨਾਂ ਦੇ ਹੋਰ ਜਾਅਲੀ ਜਿਹੇ NGO ਔਰ ਦੂਜੀਆਂ ਲੋਕ ਹੋਣ, ਉਹ ਬਿਲਕੁਲ ਇਸ ਨੂੰ ਕਾਂਸਟੀਟਿਊਸ਼ਨਲੀ ਰਾਦਰ, ਕਿਉਂਕਿ ਦੀਪਕ ਮਿਸ਼ਰਾ ਜਿਹੜਾ ਕਿ ਇਹਨਾਂ ਦਾ ਹੀ ਹੈ ਹਿੰਦੂਤਵੀ ਚੀਫ ਜਸਟਿਸ ਇਸ ਵੇਲੇ, ਉਹ ਉਸ ਬੈਂਚ ਦੇ ਉੱਤੇ ਬੈਠੇ। ਸੋ ਇੱਕ ਪਾਸੇ ਕਸ਼ਮੀਰ ਦੇ ਵਿੱਚ ਇਹ ਆਰਮੀ ਦੇ ਨਾਲ ਲੋਕਾਂ ਨੂੰ ਸੁਪਰੈਸ ਕਰਕੇ, ਔਰ ਦੂਸਰੇ ਪਾਸੇ ਕਾਂਸਟੀਟਿਊਸ਼ਨਲ ਦਬਾਅ ਇੰਨਾ ਕੁ ਬਣਾ ਦਿੱਤਾ ਇਹਨਾਂ ਨੇ ਸੁਪਰੀਮ ਕੋਰਟ ਰਾਹੀਂ ਕਿ ਜਿਹੜੇ ਇਹਨਾਂ ਦੇ ਦਬਾਅ ਜਾਂ ਇਹਨਾਂ ਦੇ ਜ਼ੁਲਮ ਦੀਆਂ ਕਹਾਣੀਆਂ ਨੇ ਉਹ ਹੁਣ ਪਿਛਲੇ ਪੇਜਾਂ 'ਤੇ ਚਲੀਆਂ ਗਈਆਂ, ਔਰ ਫਰੰਟ ਕਹਾਣੀ ਇਹੀ ਆ ਰਹੀ ਹੈ ਕਿ ਵੀ ਜਿਹੜਾ ਇਹ Article 370 ਰਹੇਗਾ ਨਹੀਂ ਰਹੇਗਾ, ਔਰ ਉਹ ਅਜੇ ਇਸ ਦੇ ਨਾਲ ਹੀ, ਔਰ ਇੰਟਰਨੈਸ਼ਨਲੀ ਤਾਂ ਉਹਨਾਂ ਨੇ ਵੈਸੇ ਹੀ ਕਸ਼ਮੀਰ ਦੇ ਵਿੱਚ ਜਿਹੜੀ ਇੰਡੀਜਨਸ ਮੂਵਮੈਂਟ ਹੈ ਜਿਹੜੀ ਕਸ਼ਮੀਰੀ ਲੋਕਾਂ ਦੀ ਹੈ, ਉਸ ਨੂੰ ਉਹਨਾਂ ਨੇ ਹਮੇਸ਼ਾ ਹੀ ਪਾਕਿਸਤਾਨ ਸਪੌਂਸਰਡ ਔਰ ISI ਔਰ ਦੂਸਰੇ ਲਸ਼ਕਰੇ ਤਾਇਬਾ ਅਤੇ ਫਲਾਣਾ ਅਤੇ ਢਿਮਕਾ ਉਹਨਾਂ ਦੇ ਖਾਤੇ 'ਚ ਪਾਉਂਦੇ ਰਹੇ। ਅਸੀਂ ਬਾਹਰ ਪਿਛਲੇ ਲਗਭਗ 30 ਸਾਲ ਤੋਂ ਹੀ ਜਿੰਨੇ ਵੀ ਇੱਥੇ ਐਫਰਟ ਕੀਤੇ ਨੇ ਉਹ ਟੁਗੈਦਰਨੈਸ ਦੇ ਨਾਲ, ਕਿਉਂਕਿ ਅਸੀਂ ਸਮਝਦੇ ਹਾਂ ਵੀ ਕਸ਼ਮੀਰੀਆਂ ਦੀ ਵੀ ਲੈਜੀਟੀਮੇਟ ਸਟਰਗਲ ਹੈ, UN ਨੇ ਉਹਨੂੰ ਮੰਨਿਆ ਹੋਇਆ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਨੂੰ, ਔਰ ਭਾਵੇਂ ਕਸ਼ਮੀਰੀ ਸ਼ੁਰੂ ਦੇ ਵਿੱਚ ਥੋੜ੍ਹੇ ਰਿਲਕਟੈਂਟ ਸੀ 1990 ਦੀ ਬਿਗਨਿੰਗ ਸਾਡੇ ਨਾਲ ਆਉਣ ਤੋਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੀ ਅਸੀਂ ਸਾਡੀ ਜਿਹੜੀ ਮੂਵਮੈਂਟ ਹੈ ਉਹ UN ਦੇ ਥੱਲੇ ਹੈ, ਕਿਉਂਕਿ ਆਲਰੇਡੀ ਕੇਸ ਡਿਸਪਿਊਟਡ ਟੈਰੀਟਰੀ ਹੈ UN ਦੇ ਵਿੱਚ, ਔਰ ਇਹ ਜੇ ਅਸੀਂ ਖਾਲਿਸਤਾਨ ਦੀ ਤਹਿਰੀਕ ਦੇ ਨਾਲ ਲੱਗਦੇ ਤਾਂ ਫਿਰ ਇਹ ਜਿਹੜਾ ਹੈ ਇਸ ਦੇ ਨਾਲ ਇਹ ਤਾਂ ਦੇਸ਼ ਤੋੜਨ ਵਾਲੀ ਗੱਲ ਹੈ, ਅਸੀਂ ਥੱਲੇ ਆਉਂਦੇ। ਲੇਕਿਨ ਓਵਰ ਏ ਪੀਰੀਅਡ ਆਫ ਟਾਈਮ ਉਹਨਾਂ ਨੇ ਵੀ ਰਿਅਲਾਈਜ਼ ਕਰ ਲਿਆ ਕਿ ਭਾਈ ਇਹ ਭਾਵੇਂ ਉਹਨਾਂ ਦੀ ਪਲੈਬਿਸਾਈਟ ਦੀ ਗੱਲ ਹੈ ਸਾਡੀ ਨਹੀਂ ਹੈ, ਦੁਸ਼ਮਣ ਵੀ ਇੱਕੋ ਹੈ, ਔਰ ਉਹਨਾਂ ਨੇ ਜਿਹੜੀ ਸਿੱਖਾਂ ਦੀ ਰਿਜ਼ੀਲੀਅੰਸ ਔਰ ਵੋਕਲਨੈਸ ਸੀ ਉਸ ਨੂੰ ਦੇਖਦੇ ਹਾਂ ਅਲਟੀਮੇਟਲੀ ਉਹਨਾਂ ਨੇ ਸਾਨੂੰ ਖੁੱਲ੍ਹੀਆਂ ਬਾਹਾਂ ਦੇ ਨਾਲ ਐਮਬਰੇਸ ਕੀਤਾ। ਅਸੀਂ ਤਾਂ ਪਹਿਲਾਂ ਹੀ ਸਮਝਦੇ ਰਹੇ ਹਾਂ ਜਾਂ ਪਹਿਲੇ ਦਿਨ ਤੋਂ ਹੀ ਇਹ ਕਨਵਿਕਸ਼ਨ ਰਹੀ ਕਿ ਸਾਡਾ ਕੇਸ ਸਾਂਝਾ। ਹੁਣ ਜ਼ਾਹਰ ਹੈ ਵੀ ਦੁਨੀਆਂ 'ਚ ਜਿੱਥੇ ਵੀ ਕੋਈ ਪ੍ਰੋਟੈਸਟ ਹੁੰਦੇ ਨੇ, ਭਾਵੇਂ ਇੱਥੇ ਮੋਦੀ ਆਇਆ ਜਾਂ ਉਸ ਤੋਂ ਪਹਿਲਾਂ ਮਨਮੋਹਨ ਸਿੰਘ ਆਉਂਦਾ ਰਿਹਾ ਜਾਂ ਕੋਈ ਹੋਰ ਹੈ, ਉਹ ਸਾਂਝੇ ਹੁੰਦੇ ਨੇ ਸਿੱਖਾਂ ਔਰ ਕਸ਼ਮੀਰੀਆਂ ਦੇ। ਔਰ ਇਸ ਸਾਰੇ 'ਚੋਂ ਉਹਨਾਂ ਨੇ ਹੁਣ ਜਿਹੜਾ ਨੈਰੇਟਿਵ ਬਣਾਉਣਾ ਸ਼ੁਰੂ ਕੀਤਾ, ਕਿਉਂਕਿ ਪਿਛਲੇ ਦਿਨਾਂ 'ਚ ਹੀ ਸਿੱਖਸ ਫਾਰ ਜਸਟਿਸ ਵੱਲੋਂ ਔਰ ਕਸ਼ਮੀਰੀ ਔਰਗਨਾਈਜੇਸ਼ਨ ਵੱਲੋਂ ਇੱਕ ਸਾਂਝੀ ਪ੍ਰੈਸ ਕਾਨਫਰੰਸ ਲੰਡਨ ਦੇ ਵਿੱਚ ਕੀਤੀ ਗਈ, ਜਿਹਨੂੰ ਕਾਫੀ ਕਵਰੇਜ ਵੀ ਮਿਲੀ, ਪਾਕਿਸਤਾਨੀ ਮੀਡੀਆ ਨੇ ਵੀ ਉਹਨੂੰ ਕਵਰ ਕੀਤਾ, ਦੂਸਰਿਆਂ 'ਚ ਵੀ ਡਾਇਰੈਕਟ ਵੀ ਸੋਸ਼ਲ ਮੀਡੀਆ 'ਤੇ। ਉਹਨੂੰ ਆਧਾਰ ਬਣਾ ਕੇ ਇੱਕਦਮ ਇੱਕ ਕੈਂਪੇਨ ਸ਼ੁਰੂ ਹੋ ਗਿਆ ਇੰਡੀਆ 'ਚ ਕਿ ਜੀ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿੰਦੇ ਸੀ ਕਿ ਇਹ ISI ਸਪੌਂਸਰਡ ਸਾਰਾ ਸ਼ੋਅ ਹੈ, ਔਰ 12 ਅਗਸਤ ਦਾ ਜਿਹੜੀ ਇੰਡੀਪੈਂਡੈਂਸ ਰੈਲੀ ਹੈ ਇਹ ਵੀ ISI ਸਪੌਂਸਰਡ ਆ, ਦੇਖੋ ਜੀ ਕਸ਼ਮੀਰੀਆਂ ਦੇ ਨਾਲ ਔਰ ਪਾਕਿਸਤਾਨੀਆਂ ਦੇ ਨਾਲ ਜਿਹੜਾ ਇਹਨਾਂ ਨੇ ਇਲਹਾਕ ਕੀਤਾ ਹੋਇਆ। ਹਾਲਾਂ ਇਹ ਕੋਈ ਨਵੀਂ ਗੱਲ ਨਹੀਂ ਹੈ, ਪਰ ਜਦੋਂ ਅਸੀਂ ਦੇਖ ਰਹੇ ਹਾਂ ਕਿ ਕਿਵੇਂ 80ਵਿਆਂ ਦੇ ਪੀਰੀਅਡ 'ਚ 90ਵਿਆਂ ਦੇ ਪੀਰੀਅਡ 'ਚ ਇਹੀ ਨਹੀਂ ਵੀ ਉਹਨਾਂ ਨੇ ਆਪਣੇ ਜ਼ਰ ਖਰੀਦ ਪੱਤਰਕਾਰ ਰੱਖੇ ਹੋਏ ਸੀ ਜਿਹਨਾਂ ਰਾਹੀਂ ਉਹ ਸਟੋਰੀਜ਼ ਪਲਾਂਟ ਕਰਦੇ ਸੀ, ਜਾਂ ਕੈਨੇਡਾ ਦੇ ਵਿੱਚ ਉਹਨਾਂ ਨੇ ਕਿਵੇਂ ਇੱਕ ਪੱਤਰਕਾਰ ਜਿਹਨੇ ਏਅਰ ਇੰਡੀਆ ਦੀ ਸਾਰੀ ਕਹਾਣੀ ਨੂੰ ਜਿਹੜਾ ਉਹ ਇਸਮਾਈਲੀ ਮੂਲ ਦਾ ਮੁਸਲਮਾਨ ਸੀ
ਉਸ ਨੂੰ ਇਸਤੇਮਾਲ ਕੀਤਾ, ਮੈਂ ਉਹਦਾ ਨਾਂ ਨਹੀਂ ਲਵਾਂਗਾ। ਮੈਂ ਜਦੋਂ ਪਹਿਲੀ ਵਾਰ ਸਰੀ ਗਿਆ 1990-91 ਚ, ਉਹਨੇ ਮੈਨੂੰ ਵੀ ਟਰੈਪ ਕਰਨ ਦੀ ਕੋਸ਼ਿਸ਼ ਕੀਤੀ। ਬੜਾ ਪਹਿਲਾਂ ਤਾਂ ਦੋਸਤਾਨਾ ਸਾਂਝ ਦੀਆਂ ਗੱਲਾਂ, ਔਰ ਬਾਅਦ 'ਚ ਲੇਟਰ ਉਹਨੇ ਸਾਹਮਣੇ ਆਇਆ ਕਿ ਭਾਈ ਉਹ ਕੰਮ ਹੀ ਸੀਸਸ ਲਈ ਕਰਦਾ ਸੀ, ਔਰ ਸੀਸਸ ਦੇ ਰਾਹੀਂ ਈਵਨ ਇੰਡੀਅਨਸ ਨਾਲ ਵੀ, ਜਿਹਨੂੰ ਡਬਲ ਏਜੰਟ ਕਹਿੰਦੇ ਨੇ। ਸੋ ਇਹ ਜਿਹੜਾ ਕੰਮ ਹੈ ਕੋਈ ਨਵਾਂ ਨਹੀਂ ਹੈ, ਇਸ ਬਾਰੇ ਅਸੀਂ ਕੋਈ ਇਹ ਵੀ ਨਹੀਂ ਹੈ ਵੀ ਅਲਾਰਮ ਬੈਲਸ ਵੱਜਦੀਆਂ ਨੇ, ਕਿਉਂਕਿ ਪਤਾ ਹੀ ਹੈ ਕਿ ਵੀ ਇਹ ਜਿਹੜਾ ਜਦੋਂ ਕੋਈ ਵੀ, ਔਰ ਇਹ ਈਵਨ ਇਹਨਾਂ ਦੇ ਮੀਡੀਆ 'ਚ ਵੀ ਇਹੀ ਹੈ, ਜਦੋਂ ਇਹਨਾਂ ਨੇ ਕੋਈ ਐਕਸ਼ਨ ਕਰਨਾ ਹੁੰਦਾ ਕਿਸੇ ਪਾਸੇ ਵੀ, ਉਸ ਤੋਂ ਪਹਿਲਾਂ ਉੱਦਾਂ ਦੀਆਂ ਸਟੋਰੀਜ਼ ਪਲਾਂਟ ਹੋਣੀਆਂ ਸ਼ੁਰੂ ਹੋ ਜਾਂਦੀਆਂ, ਨੈਗੇਟਿਵ ਸਟੋਰੀਜ਼ ਹੋਣਗੀਆਂ ਹੌਲੀ ਹੌਲੀ, ਕਿਉਂਕਿ ਦੇਖੋ ਪਬਲਿਕ ਓਪੀਨੀਅਨ, ਕਿੰਨੇ ਕੁ ਲੋਕ ਆਜ਼ਾਦਾਨਾ ਵਿਚਾਰ ਰੱਖਦੇ ਨੇ। ਬਹੁਤ ਵਾਰ ਜੋ ਚਾਲ ਫਿਰੇ ਚੱਲ ਰਿਹਾ ਹੁੰਦਾ, ਤੁਸੀਂ ਟੀ ਵੀ 'ਤੇ ਦੇਖ ਰਹੇ ਹੁੰਦੇ ਹੋ, ਮੀਡੀਆ 'ਚ ਹੋ ਰਿਹਾ ਹੁੰਦਾ, ਗੱਲਾਂ ਬਾਤਾਂ 'ਚ ਉਹੀ ਆ ਜਾਂਦਾ, ਉਹੀ ਤੁਹਾਡਾ ਓਪੀਨੀਅਨ ਬਣ ਜਾਂਦਾ। ਔਰ ਇਹੀ ਹਾਲ ਅੱਜ ਭਾਰਤ ਵਿਚਲੇ ਬਹੁਤ ਸਾਰੇ ਸਿੱਖਾਂ ਦਾ ਵੀ ਬਣ ਗਿਆ, ਕਿਉਂਕਿ ਉਹਨਾਂ ਦੇ ਨਾਲ ਜਦੋਂ ਤੁਸੀਂ ਆਜ਼ਾਦੀ ਦੀ ਗੱਲ ਜਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਗੱਲ ਕਰਦੇ ਹੋ, ਤਾਂ ਉਹਨਾਂ ਨੂੰ ਇਹ ਲੱਗਦਾ ਕਿ ਵੀ ਇਹ ਕਿਹੜੀ ਦੁਨੀਆ 'ਚ ਰਹਿੰਦੇ ਨੇ ਜੀ, ਇੱਥੇ ਤਾਂ ਕੋਈ ਮੰਗਦਾ ਹੀ ਨਹੀਂ, ਅਸੀਂ ਤਾਂ ਬਹੁਤ ਖੁਸ਼ ਹੈ, ਅਸੀਂ ਫਲਾਣੇ। ਸੋ ਇਹ ਉਵੇਂ ਹੀ ਹੈ ਜਿਵੇਂ ਪਿੰਜਰੇ ਦੇ ਵਿੱਚ ਤੋਤਾ ਜਿਹੜਾ ਉਹ ਕਹਿੰਦਾ ਜੀ ਦੇਖ ਮੈਨੂੰ ਤਾਂ ਚੂਰੀ ਮਿਲਦੀ ਹੈ ਬਣੀ ਬਣਾਈ, ਮੈਨੂੰ ਕਿਹੜਾ ਆਪ ਉੱਡ ਕੇ ਜਾ ਕੇ ਲੱਭਣਾ ਪੈਂਦਾ ਆਪਣਾ ਰਿਜਕ, ਤੂੰ ਤਾਂ ਉੱਡਦਾ ਫਿਰਦਾ ਐਵੇਂ ਹੀ ਕਾਮ ਖਾ, ਆਰਾਮ ਨਾਲ ਬਹਿ ਜਾ ਟਿੱਕ ਕੇ, ਬਣੀ ਬਣਾਈ ਚੂਰੀ ਮਿਲਦੀ ਹੈ ਵਿੱਚ ਘਿਓ ਦੇ। ਔਰ ਇਹੀ ਹਾਲ ਅਲਟੀਮੇਟਲੀ ਜਿਹੜੇ ਲੋਕ ਗੁਲਾਮੀ ਦੇ ਵਿੱਚ ਲੰਮਾ ਵਕਤ ਰਹਿੰਦੇ ਨੇ, ਉਹ ਵੀ ਉਹੀ ਨੈਰੇਟਿਵ, ਕਈ ਵਾਰ ਜਿਹੜੀ ਇਸ ਕਿਸਮ ਦੇ ਗੁਲਾਮ ਜ਼ਹਿਨੀਅਤ ਨੇ, ਜਿਵੇਂ ਅੰਗਰੇਜ਼ੀ ਦਾ ਲਫ਼ਜ਼ ਹੈ ਮੋਰ ਲੋਇਲ ਦੈਨ ਦਾ ਕਿੰਗ, ਉਹ ਉਹਨਾਂ ਦੇ ਨਾਲੋਂ ਵੀ, ਹਿੰਦੂ ਤਵੀਆਂ ਨਾਲੋਂ ਵੀ। ਔਰ ਇਹੀ ਹਾਲ ਜੇ ਅਸੀਂ ਮਨਜਿੰਦਰ ਸਰਸਾ, ਮਨਜੀਤ ਜੀ ਕੇ, ਬਾਦਲ, ਦਲਜੀਤ ਚੀਮਾ, ਸੁਖਬੀਰ ਬਾਦਲ, ਔਰ ਇਹ ਸਾਰੀ ਨਸਲ ਪੰਜਾਬ ਦੀ, ਚੰਦੂ ਮਾਜਰਾ, ਬੇਈਮਾਨ ਮਾਜਰਾ, ਇਹ ਸਾਰੇ ਜਿਹੜੇ ਨੇ, ਇਹਨਾਂ ਦਾ ਤੁਸੀਂ ਬੋਲੀ ਦੇਖੋਗੇ ਤਾਂ ਇਹ ਤੁਹਾਨੂੰ ਫਿਰ ਕਿ ਕਿਵੇਂ ਮੋਰ ਲੋਇਲ ਦੈਨ ਦਾ ਕਿੰਗ ਦਾ ਕੀ ਮਤਲਬ ਹੁੰਦਾ ਇਹ ਗੱਲ ਤੁਹਾਨੂੰ ਦੱਸ ਦਿੰਦੇ। ਹੁਣ ਇੱਕ ਪਾਸੇ ਕਿਉਂਕਿ 15 ਅਗਸਤ ਇਹਨਾਂ ਦਾ ਅਖੌਤੀ ਆਜ਼ਾਦੀ ਦਿਵਸ, 72ਵਾਂ ਸਮਾਗਮ, ਔਰ ਜੇ ਤੁਸੀਂ ਪਿਛਲੇ 10-12-15 ਸਾਲ ਦਾ ਕੱਢ ਕੇ ਦੇਖ ਲਓ ਪੀਰੀਅਡ ਦਾ, ਔਰ ਰਾਦਰ ਜ਼ਿਆਦਾ, ਕਿ ਉਹਦੇ ਤੋਂ ਪਹਿਲਾਂ ਖਬਰਾਂ ਪਲਾਂਟ ਹੋਣੀਆਂ ਸ਼ੁਰੂ ਹੋ ਜਾਂਦੀਆਂ ਕਿ ਜੀ ਆਜ਼ਾਦੀ ਦਿਵਸ ਆ ਗਿਆ, ਔਰ ਅਲਰਟ, ਇਹ ਫਲਾਣੀ ਸਾਡੀ ਇੰਟੈਲੀਜੈਂਸ ਤੱਕ ਖਬਰ ਮਿਲੀ ਹੈ, ਜਿਹੜੀ ਫਲਾਣੀ ਲਸ਼ਕਰੇ ਤੋਇਬਾ ਜਾਂ ਖਾਲਿਸਤਾਨੀ ਫਲਾਂ ਜਥੇਬੰਦੀ ਉਹ ਦਿੱਲੀ 'ਚ ਧਮਾਕਾ ਕਰ ਦੇਗੀ, ਲਾਲ ਕਿਲ੍ਹੇ 'ਤੇ ਕੁਛ ਕਰ ਦੇਗੀ, ਪਾਰਲੀਮੈਂਟ 'ਤੇ ਕਰ ਦੇਗੀ, ਇਹ ਵੋ, ਰੈੱਡ ਅਲਰਟ, ਐਕਸਟਰਾ ਅਲਰਟ, ਇਹ ਵੋ, ਔਰ ਉਹ ਇੱਕ ਫੀਅਰ ਸਾਈਕੋਸਿਸ ਕ੍ਰੀਏਟ ਕਰ ਦਿੰਦੇ ਨੇ ਚਾਰ ਚਫੇਰੇ, ਤਾਂ ਕਿ ਜੇ ਕਦੇ ਉਹਨਾਂ ਨੂੰ ਸੂਟ ਕਰੇਗਾ ਕੁਛ ਕਰਵਾਉਣਾ, ਬਿਲਕੁਲ, ਜਿਹਦੇ ਲਈ ਉਹ ਉਹਨਾਂ ਨੇ ਉਹ ਗਰਾਊਂਡ ਤਿਆਰ ਕੀਤੀ ਹੁੰਦੀ ਹੈ, ਪਰ ਕਿਉਂਕਿ ਉਹਨਾਂ ਦੀਆਂ ਆਪਣੀਆਂ ਹੀ ਪਲਾਂਟਡ ਸਟੋਰੀਜ਼ ਹੁੰਦੀਆਂ, ਫਿਰ ਜਦੋਂ ਮੁੱਕ ਜਾਂਦਾ ਫਿਰ ਉਹ ਸਿਕਿਉਰਿਟੀ ਫੋਰਸਿਸ ਔਰ ਦੂਸਰਿਆਂ ਦੀ ਪਿੱਠ 'ਤੇ ਥਾਪੀ ਮਾਰਨਗੇ ਕਿ ਜੀ ਇਹ ਫੜ ਹੈ ਸੀ, ਫਲਾਂ ਮੋਡਿਊਲ ਤਿਆਰ ਸੀ, ਇਵੇਂ ਹੋਣਾ ਸੀ, ਲੇਕਿਨ ਹਮਾਰੀ ਸੁਰੱਖਿਆ ਦਲੋਂ ਕੀ ਸਤਰਕਤਾ ਕੀ ਵਜ੍ਹਾ ਸੀ, ਵੀ ਅਲਰਟਨੈਸ, ਉਹ ਜਿਹੜਾ ਉਹਨਾਂ ਦਾ ਫਾਇਲ ਕਰਤਾ, ਉਸ ਤੋਂ ਪਹਿਲਾਂ 2-4 ਫੜ ਲੈਣਗੇ ਵਿਚਾਰੇ ਗਰੀਬ ਮੁਸਲਮਾਨ, ਕੋਈ ਯੂਪੀ ਬਿਹਾਰ ਦੇ ਇੱਧਰੋਂ ਸਿੱਖਾਂ ਨੂੰ ਫੜ ਲੈਣਗੇ, ਉਹਨਾਂ ਦੇ ਮੂੰਹ 'ਚੋਂ ਕਹਾਣੀ ਬਣਾ ਕੇ ਪਾ ਦੇਣਗੇ ਮੀਡੀਆ 'ਚ ਉਹ, ਔਰ ਕਿਉਂਕਿ ਲੋਕਾਂ ਦੇ ਵੀ ਭੁੱਲਣ ਦੀ ਆਦਤ ਹੁੰਦੀ ਆ, ਉਹ ਪਾਰਟ ਲੰਘ ਜਾਂਦਾ। ਪਰ ਤੁਸੀਂ ਬਹੁਤ ਵਾਰ ਦੇਖੋਗੇ ਹਰ ਸਾਲ 'ਚੋਂ 26 ਜਨਵਰੀ ਹੋਏ, 15 ਅਗਸਤ ਹੋਏ, ਇਹ 2 ਵੱਡੀਆਂ ਉਹਨਾਂ ਦੀਆਂ ਇਵੈਂਟਸ ਹੁੰਦੀਆਂ, ਜਾਂ ਕਈ ਵਾਰੀ ਹੁਣ ਉਹ ਅਡਵਾਨੀ ਦੇ ਵੇਲੇ ਉਹਨਾਂ ਨੇ ਦਿਵਾਲੀ ਦੇ ਨੇੜੇ ਵੀ ਸ਼ੁਰੂ ਕਰਤਾ ਸੀ ਕਰਨਾ ਕਿ ਜੀ ਦਿਵਾਲੀ 'ਤੇ ਫਲਾਣਾ 'ਤੇ ਢਿਮਕਾ,
ਹੁਣ ਕਿਉਂਕਿ ਆਲਰੇਡੀ 12 ਅਗਸਤ ਦੀ ਜਿਹੜੀ ਹੈ ਉਹ ਟ੍ਰੈਫਲਗਾਰ ਸਕੁਅਰ ਦੇ ਵਿੱਚ ਰੈਲੀ ਹੈ ਸਿੱਖਸ ਫਾਰ ਜਸਟਿਸ ਵੱਲੋਂ ਰੱਖੀ ਹੋਈ ਔਰ ਇਸ ਦੀ ਕਾਫੀ ਚਰਚਾ ਹੈ ਔਰ ਕਿਉਂਕਿ ਇਹਦੀ ਚਰਚਾ ਬਣਾਉਣ 'ਚ ਵੀ ਕਿਉਂਕਿ ਜਦੋਂ ਭਾਰਤ ਸਰਕਾਰ ਨੇ ਆਫੀਸ਼ੀਅਲੀ ਪ੍ਰੋਟੈਸਟ ਕੀਤਾ ਇੰਗਲੈਂਡ ਸਰਕਾਰ ਦੇ ਕੋਲ ਕਿ ਜੀ ਇਹ ਨਾ ਕਰੋ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਪੀਸਫੁਲੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੈਗੀ ਆ ਅਸੀਂ ਉਹਨੂੰ ਉਹਦੇ 'ਚ ਨਹੀਂ ਇੰਟਰਵੀਨ ਕਰ ਸਕਦੇ ਸੋ ਜ਼ਾਹਰ ਹੈ ਵੀ ਇਹ ਇੰਟਰਨੈਸ਼ਨਲ ਬਣ ਗਈ ਸਾਰੀ ਕਹਾਣੀ ਔਰ ਉਸ ਤੋਂ ਬਾਅਦ ਜਿਉਂ ਜਿਉਂ ਨੈਗੇਟਿਵਿਟੀ ਹੋ ਰਹੀ ਹੈ ਹੁਣ ਜੇ ਪ੍ਰੈਸ ਕਾਨਫਰੰਸ ਕਸ਼ਮੀਰੀਆਂ ਦੇ ਨਾਲ ਹੁੰਦੀ ਹੈ ਉਸ ਦੇ ਉੱਤੇ ਹੁਣ ਭਾਰਤੀ ਮੀਡੀਆ ਨੂੰ ਇਹ ਬੜਾ ਫੋਡਰ ਮਿਲਿਆ ਹੋਇਆ ਚਾਰਾ ਮਿਲਿਆ ਹੋਇਆ ਇਸ ਸਾਰੇ ਨੂੰ ਨਗੇਟ ਕਰਨ ਦਾ ਔਰ ਉਸੇ ਦੇ ਥੱਲੇ ਕਿਉਂਕਿ ਸਿੱਖਸ ਫਾਰ ਜਸਟਿਸ ਵੀ ਇਸ ਮਾਮਲੇ 'ਚ ਇੱਕ ਸਟੈਪ ਇਹਨਾਂ ਤੋਂ ਅੱਗੇ ਹੁੰਦੀ ਹੈ ਉਹਨਾਂ ਨੇ ਜਦੋਂ ਇਹ ਕਿਹਾ ਜੀ ਅਸੀਂ ਸਪੋਂਸਰਸ਼ਿਪ ਦੇ ਰਹੇ ਜਿਹੜਾ ਆਏਗਾ ਔਰ ਉਹਦੀ ਅਸੀਂ ਟਿਕਟ ਦਾ ਵੀ ਖਰਚਾ ਦੇਵਾਂਗੇ ਔਰ ਪੰਜਾਬ 'ਚੋਂ ਵੀ ਬਹੁਤ ਜਿਹੜੇ ਨੇ ਬ੍ਰਿਟਿਸ਼ ਗਵਰਨਮੈਂਟ ਨੂੰ ਵੀ ਜਿਹੜਾ ਉਹਨਾਂ ਨੇ ਕਿਹਾ ਅਸੀਂ ਰਾਹਦਾਰੀ ਭੇਜਾਂਗੇ ਹਾਲਾਂ ਉਸ ਸਾਰੇ ਦਾ ਟਰੈਵਲ ਏਜੰਟਾਂ ਨੇ ਵੀ ਜਿਵੇਂ ਉਹ ਹੁੰਦਾ ਹੀ ਆ ਉਹਨਾਂ ਨੇ ਵੀ ਪੈਸੇ ਬਟੋਰੇ ਹੋਣੇ ਨੇ ਕਿ ਜੀ ਇਹ ਜਾਣਾ ਹੀ ਹੈ ਉਹਨਾਂ ਨੇ ਬਹੁਤਿਆਂ ਦੇ ਵੀਜ਼ੇ ਉਹਨਾਂ ਨੇ ਕਿਹਾ ਹੋਣਾ ਕਿ ਜੀ ਰਾਹਦਾਰੀ ਉਹਨਾਂ ਦੀ ਪੈਸੇ ਅਸੀਂ ਇਕੱਠੇ ਕਰਦੇ ਪਰ ਉਹਨਾਂ ਨੇ ਇਸ ਨੂੰ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਇਹ ਵੀ ਕਹਾਣੀ ਜਿਹੜੀ ਆ ਅਲਟੀਮੇਟਲੀ ਅਸੀਂ ਜ਼ਿਕਰ ਕੀਤਾ ਕਿ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੀ ਪ੍ਰੈਸ ਕਾਨਫਰੰਸ 'ਚ ਇੱਕ ਮੁੱਦਾ ਬਣਾ ਕੇ ਮੀਡੀਆ ਵੱਲੋਂ ਉਛਾਲਿਆ ਜਾਂਦਾ ਅਤੇ ਉਹ ਵੀ ਜਿਹੜਾ ਹੈ ਉਸ ਨੂੰ ਬਿਲਕੁਲ ਸ਼ਾਇਸਤਗੀ ਛੱਡ ਕੇ ਜਿਸ ਕਿਸਮ ਦੀ ਉਹ ਜਿਹੜਾ ਉਹ ਪੜਾਸ ਕੱਢਦਾ ਔਰ ਫਿਰ ਵਿੱਚੇ ਹੀ TV 84 ਨੂੰ ਵੀ ਘੜੀਸ ਲਿਆ ਜਾਂਦਾ ਕਿ ਜੀ ਕਿੰਨੇ ਕੁ ਲੋਕ ਫੋਲੋ ਕਰਦੇ ਨੇ ਜਾਂ ਇਸ ਸੋ ਮਤਲਬ ਇਹ ਹੈ ਕਿ ਇਹ ਜਿਹੜੀ ਮੈਂ ਇਹ ਸਾਰੇ ਨੂੰ ਲਿਆਂਦਾ ਕਿ ਉਹਨਾਂ ਨੇ ਔਰ ਇਹ ਟਾਈਮ ਟੂ ਟਾਈਮ ਹੁੰਦਾ ਹਾਲਾਂ ਇਹ 30 ਸਾਲਾਂ 'ਚ ਕੋਈ ਏਜੰਸੀਆਂ ਪਿੱਛੇ ਨਹੀਂ ਹਟੀਆਂ ਵੀ ਉਹਨਾਂ ਨੇ ਕੋਈ ਬਾਹਰ ਲੇਕਿਨ ਜਦੋਂ ਬਾਹਰ ਆਵਾਜ਼ ਜ਼ੋਰ ਫੜਦੀ ਹੈ ਜਿਵੇਂ ਕੈਨੇਡਾ ਦੇ ਵਿੱਚ ਪੋਲੀਟੀਕਲ ਵਿਲ ਸਿੱਖਾਂ ਨੇ ਦਿਖਾਈ ਜਗਮੀਤ ਸਿੰਘ ਦਾ ਰਾਈਜ਼ ਜਿਹੜਾ ਸੀ ਹੁਣ ਜੇ ਜਗਮੀਤ ਸਿੰਘ ਦੀਆਂ ਐਕਟੀਵਿਟੀਜ਼ ਜਾਂ ਦੂਸਰੀਆਂ ਪਾਰਟੀ ਲੀਡਰ ਬਣਨ ਤੋਂ ਬਾਅਦ ਪੰਥਕ ਸਫਾਂ ਜਾਂ ਦੂਜਿਆਂ 'ਚ ਨਹੀਂ ਆਈਆਂ ਤੁਸੀਂ ਦੇਖੋਗੇ ਕਿ ਕੈਨੇਡੀਅਨਸ ਦੇ ਖਿਲਾਫ ਵੀ ਜਿਹੜੀ ਹੈ ਉਹ ਬੰਦ ਹੋ ਗਏ ਹੁਣ ਜੇ ਜਸਟਿਨ ਟਰੂਡੋ ਜਿਵੇਂ ਉਹਨੇ ਉਹਨੂੰ ਨਗੇਟ ਕੀਤਾ ਉਹਨਾਂ ਦੇ ਸਾਰੇ ਮੀਡੀਆ ਨੇ ਮੋਦੀ ਨੇ ਅਮਰਿੰਦਰ ਤੋਂ ਕਰਵਾਇਆ ਔਰ ਬਾਹਰ ਆ ਕੇ ਜਦੋਂ ਦਾ ਉਹ ਦੁਬਾਰਾ ਆਇਆ ਉਹਨੇ ਵੀ ਥੋੜ੍ਹਾ ਬਹੁਤ ਡਿਸਟੈਂਸ ਕਰਤਾ ਖਬਰਾਂ ਖਤਮ ਹੋ ਗਈ ਸੋ ਮਤਲਬ ਇਹ ਹੈ ਵੀ ਜਿੱਥੇ ਥੋੜ੍ਹੀ ਬਹੁਤ ਵੀ ਐਕਟੀਵਿਟੀ ਹੋਏਗੀ ਉਹਨੂੰ ਇਹ ਜੋੜਨਗੇ ਹੀ ਜੋੜਨਗੇ ਔਰ ਮੈਂ ਇਹ ਸਮਝਦਾ ਵੀ ਇਸ ਪੀਰੀਅਡ ਪਿਛਲੇ ਵਰ੍ਹਿਆਂ 'ਚ ਇਹਨਾਂ ਨੇ ਬਹੁਤ ਸਾਰੀਆਂ ਇਸ ਕਿਸਮ ਦੀਆਂ ਇੰਸਟੀਚਿਊਟਸ ਦੇ ਨਾਂ ਥੱਲੇ ਵੀ ਆਪਣੇ ਸੈੱਲ ਖੜ੍ਹੇ ਕੀਤੇ ਨੇ ਇੱਦਾਂ ਦਾ ਇੱਕ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਔਰ ਜੇ ਮੈਂ ਗਲਤ ਨਾ ਹੋਵਾਂ ਤਾਂ KP ਗਿੱਲ ਜਿਹਨੇ ਹਜ਼ਾਰਾਂ ਮੁੰਡੇ ਮਾਰੇ ਉਹ ਵੀ ਆਪਣੀ ਉਹਦੀ ਰਿਟਾਇਰਮੈਂਟ ਤੋਂ ਬਾਅਦ ਇਹ ਜਿਹੜਾ ਕਨਫਲਿਕਟ ਮੈਨੇਜਮੈਂਟ ਦੇ ਥੱਲੇ ਇਸ ਇੰਸਟੀਚਿਊਟ ਦੇ ਨਾਂ ਥੱਲੇ ਉਹਦੇ ਆਰਟੀਕਲ ਵੀ ਛਪਦੇ ਇਹ ਲਿਖਣ ਵਾਲੇ ਹੋਰ ਹੁੰਦੇ ਨੇ ਅੱਗੋਂ ਇਹਨਾਂ ਨੇ ਰਿਸਰਚਰ PhD ਬਿਠਾਏ ਹੁੰਦੇ ਨੇ ਇਹਨਾਂ ਦਾ ਟਾਈਟਲ ਹੀ ਇਸਤੇਮਾਲ ਹੁੰਦਾ ਪਰ ਇਸ ਦੇ ਥੱਲੇ ਬਾਹਰਲਿਆਂ ਨੂੰ ਜਦੋਂ ਤੁਸੀਂ ਉਹਨਾਂ ਨੂੰ ਲੱਗਦਾ ਵਾਕਿਆ ਇਹ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਹੈ ਜਾਂ ਕਨਫਲਿਕਟ ਰੈਜ਼ੋਲਿਊਸ਼ਨ ਹੈ ਹਾਲਾਂ ਠੀਕ ਹੈ ਕਿ ਵੀ ਜੇ ਜਿਮੀ ਕਾਰਟਰ ਵਰਗੇ ਦੀ ਕਾਰਟਰ ਫਾਊਂਡੇਸ਼ਨ ਦੇਖੀਏ ਉਹਨਾਂ ਦੀ ਜੈਨੂਅਨ ਜਿਹੜੀ ਹੈ ਉਹ ਕਨਫਲਿਕਟ ਮੈਨੇਜਮੈਂਟ ਦੇ ਨਾਂ ਥੱਲੇ ਔਰਗਨਾਈਜੇਸ਼ਨ ਹੈ ਜਿਹਦੇ 'ਚ ਉਹਨਾਂ ਨੇ ਕਈ ਥਾਂ ਪੀਸ ਵੀ ਕੀਤੀ ਹੈ ਕਈ ਕਨਫਲਿਕਟਸ ਦੇ ਵਿੱਚ ਇਨਵੋਲਵ ਹੋਏ ਨੇ ਪਰ ਇਹ ਸਾਰੇ ਜਿਹੜੀਆਂ ਨੇ ਕਨਫਲਿਕਟ ਮੈਨੇਜਮੈਂਟ ਦੇ ਨਾਂ ਥੱਲੇ ਇਹ ਇੰਟੈਲੀਜੈਂਸ ਫਰੰਟ ਨੇ ਔਰ ਫਿਰ ਜਦੋਂ ਇਹਨਾਂ ਦੇ ਨਾਂ ਥੱਲੇ ਕੋਈ ਆਰਟੀਕਲ ਛਪਦਾ ਫਿਰ ਇਹ ਹੁੰਦਾ ਜੀ ਇਹ ਪੱਤਰਕਾਰ ਦਾ ਇੰਡੀਵਿਜੁਅਲ ਓਪੀਨੀਅਨ ਨਹੀਂ ਹੈ ਦੇਖੋ
ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਕੀ ਕਹਿ ਰਹੀ। ਸੋ ਉਹਨਾਂ ਨੂੰ ਹੁਣ ਇਸ ਵੇਲੇ ਜਿਹੜਾ ਡਾਇਸਪੋਰਾ ਸਿੱਖਾਂ ਦੇ ਵਿੱਚ ਖਾਲਿਸਤਾਨ ਦੀ ਗੱਲ ਕਾਨੂੰਨੀ ਦਾਇਰਾ ਕਾਰ 'ਚ ਰਹਿੰਦੇ ਆ, UN ਚਾਰਟਰ ਦੇ ਥੱਲੇ ਜਿਹੜੀ ਗੱਲ ਅੱਗੇ ਤੁਰ ਰਹੀ ਹੈ, ਉਹਨੂੰ ਇਹਨਾਂ ਨੇ ਫਿਰ ਉਸੇ ਹੀ ਬ੍ਰਸ਼ ਦੇ ਨਾਲ ਪੇਂਟ ਕਰਨਾ ਸ਼ੁਰੂ ਕੀਤਾ ਕਿ ਖਾਲਿਸਤਾਨ ਨੂੰ ਇੱਕ ਡਰਟੀ ਵਰਡ ਬਣਾ ਦਿਓ, ਅਤੇ ਜਿਹੜਾ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦਾ ਹੈ ਜਾਂ UN ਚਾਰਟਰ ਦੀ ਗੱਲ ਕਰਦਾ ਉਹਨੂੰ ਰੈਡੀਕਲ ਬਣਾ ਦਿਓ ਅਤੇ ਟੈਰਰਿਸਟ ਬਣਾ ਦਿਓ। ਅਤੇ ਫਿਰ ਜਦੋਂ ਤੁਸੀਂ ਰੈਡੀਕਲ ਅਤੇ ਟੈਰਰਿਸਟ ਬਣਾਉਂਦੇ ਹੋ ਫਿਰ ISI ਨਾਲ ਜੋੜ ਦਿਓ ਕਿ ਵੀ ਹਰ ਚੀਜ਼ ਜਿਹੜੀ ਹੈ ਉਹ ISI ਕਰ ਰਹੀ ਹੈ। ਔਰ ਇਸ ਕਿਸਮ ਦੀ ਜ਼ਹਿਨੀਅਤ ਔਰ ਇਸ ਕਿਸਮ ਦੇ ਕੈਂਪੇਨ ਦੇ ਨਾਲ ਹੀ ਜਿਹੜੇ ਆਰਟੀਕਲਸ ਅੱਜ ਕੱਲ੍ਹ ਥਾਂ ਥਾਂ ਪਬਲਿਸ਼ ਹੋ ਰਹੇ ਨੇ ਇਲੈਕਟ੍ਰੋਨਿਕ ਮੀਡੀਆ 'ਤੇ, ਜਿਹੜੇ ਇਹਨਾਂ ਦੇ ਸੋ ਕਾਲਡ ਐਕਸਪਰਟ ਬੈਠੇ ਨੇ, ਇੱਕ ਆਰਟੀਕਲ ਅੱਜ ਜਿਹੜਾ ਓਪੀਨੀਅਨ ਪੇਜ ਦੇ ਉੱਤੇ ਟ੍ਰਿਬਿਊਨ ਦੇ ਜਿਹੜਾ ਪ੍ਰਾਈਮ ਪੇਜ ਹੁੰਦਾ ਜਿਹਦੇ 'ਤੇ ਐਡੀਟੋਰੀਅਲ ਹੁੰਦੇ ਨੇ ਉਹਨਾਂ ਦੇ, ਇਹ ਇੱਕ ਅਜੇ ਸਾਨੀ। ਔਰ ਇਸ ਕੰਮ ਲਈ ਫਿਰ ਉਹਨਾਂ ਨੇ ਜਿਹੜੇ ਸਾਡੇ ਪੰਜਾਬੀ ਹਿੰਦੂ ਭਰਾ ਨੇ ਉਹਨਾਂ ਨੂੰ ਅੱਗੇ ਅੱਗੇ ਰੱਖਿਆ ਹੋਇਆ ਕਿਉਂਕਿ ਉਹ ਸਾਡੀ ਸਾਨੂੰ ਸਮਝਦੇ ਨੇ, ਸਾਡੇ 'ਚੋਂ ਹੀ ਨੇ, ਔਰ ਦਿੱਲੀ ਦਾ ਕਾਰਡ ਵੀ ਫੁੱਲੀ ਪਲੇ ਕਰਦੇ ਨੇ ਔਰ ਉਹਨਾਂ ਨੂੰ ਸੂਟ ਵੀ ਕਰਦਾ। ਔਰ ਇਹ ਤੁਸੀਂ ਕਿਤੇ ਵੀ ਦੇਖੋਗੇ ਕਿ ਜਿਹੜੀ ਮੇਨ ਮਿਸਚਿਫ ਵਾਲੇ ਹੋਣਗੇ, ਕਿਉਂਕਿ ਮੈਨੂੰ ਥੋੜ੍ਹੀ ਬਹੁਤ ਨਾਵਾਂ ਦੀ ਪਛਾਣ ਹੈ, ਜਿਉਂ ਹੀ ਮੈਂ ਅਜੇ ਸਾਨੀ ਦੇਖਿਆ ਮੈਂ ਕਿਹਾ ਜੀ ਇਹ ਵੀ ਸਾਡੇ ਉਹੀ ਭਰਾ ਨੇ ਜਿਹੜੇ ਆਪਣੀ ਬੋਲੀ ਤੋਂ ਇਨਕਾਰੀ ਸੀ ਔਰ ਹੁਣ ਦੁਸ਼ਮਣ ਦੇ ਹੱਥ ਠੋਕ ਕੇ ਬਣ ਕੇ, ਔਰ ਇਹ ਐਗਜੈਕਟਿਵ ਡਾਇਰੈਕਟਰ ਬਣਿਆ ਹੋਇਆ ਇੰਸਟੀਚਿਊਟ ਫਾਰ ਕਨਫਲਿਕਟ ਮੈਨੇਜਮੈਂਟ ਦਿੱਲੀ ਬੇਸਡ ਹੈ, ਔਰ ਇਹਦਾ ਜਿਹੜਾ ਰਾਈਟਅਪ ਹੈ ਉਹ ਬਿਲਕੁਲ ਜਿਹੜਾ ਉਸ ਜਿਹੜੇ ਮੈਂ ਦੋਨੋਂ ਹੀ ਨੁਕਤੇ ਕਹੇ ਨੇ ਕਿ ਖਾਲਿਸਤਾਨ ਨੂੰ ਡਰਟੀ ਵਰਡ ਔਰ ਜਿਹੜੇ ਆਜ਼ਾਦੀ ਦੀ ਗੱਲ ਕਰਨ ਵਾਲੇ ਨੇ UN ਚਾਰਟਰ ਥੱਲੇ ਉਹਨਾਂ ਨੂੰ ਰੈਡੀਕਲ ਅਤੇ ਟੈਰੋਰਿਸਟ, ਇਹੀ ਸਾਰਾ ਮਕਸਦ ਹੈ ਇਸ ਆਰਟੀਕਲ ਦਾ। ਅਤੇ ਇਹਦਾ ਹੈਡਲਾਈਨ ਹੈ ਦਾ ਅਦਰ ਕੀ ਵਰਡ ਕਿ ਕੌਮਿਆਂ 'ਚ ਕੋਟ ਅਨ ਕੋਟ ਅਦਰ ਕਸ਼ਮੀਰ ਤੋਂ ਬਿਨਾਂ ਖਾਲਿਸਤਾਨ, ਅਟੈਂਪਟਸ ਆਰ ਬੀਂਗ ਮੇਡ ਟੂ ਮੋਬੀਲਾਈਜ਼ ਐਂਡ ਰੈਡੀਕਲਾਈਜ਼ ਦਾ ਡਾਇਸਪੋਰਾ ਓਵਰ ਖਾਲਿਸਤਾਨ। ਮੋਬੀਲਾਈਜ਼ ਤਾਂ ਸਮਝ ਆਇਆ, ਹੁਣ ਰੈਡੀਕਲਾਈਜ਼ ਦਾ ਕੀ ਮਤਲਬ ਹੈ? ਖਾਲਿਸਤਾਨ ਮੰਗਣਾ ਪੀਸਫੁਲੀ, ਇਹ ਰੈਡੀਕਲ ਨਹੀਂ ਹੈ। ਰੈਡੀਕਲ ਦੇ ਵਿੱਚ ਟੈਂਡੈਂਸੀ ਟੁਵਰਡਸ ਵਾਇਲੈਂਸ ਹੁੰਦੀ ਹੈ, ਜਿਹੜੀ ਕਿ ਸਾਰੀ ਮੂਵਮੈਂਟ 'ਚ ਬਾਹਰ ਇੱਕ ਏਅਰ ਇੰਡੀਆ ਜਿਹੜੀ ਇਹਨਾਂ ਦਾ ਹੀ ਕਾਰਾ ਸੀ, ਉਸ ਤੋਂ ਇਲਾਵਾ ਕਦੇ ਵੀ ਅਸੀਂ ਇੱਥੇ 30 ਸਾਲ ਤੋਂ ਪ੍ਰੋਟੈਸਟ ਕਰਦੇ ਹਾਂ। ਇੱਕ ਸਟੇਜ ਸੀ ਕਿ ਜੀ ਤੁਸੀਂ ਪਰਮਿਟ ਲਈ ਭਰਦੇ ਹੋ, ਤੁਹਾਡੇ ਤੋਂ ਖਾਨਾ ਹੈ ਕਿ ਜੀ ਵਿਲ ਯੂ ਕੋਰਟ ਅਰੈਸਟ, ਕਿਉਂਕਿ ਤੁਸੀਂ ਕਦੇ ਅਮਰੀਕਨਾਂ ਦੇ ਜਾਂ ਹੋਰ ਇਨਵਾਇਰਮੈਂਟਸ ਵਾਲਿਆਂ ਦੇ ਪ੍ਰੋਟੈਸਟ ਦੇਖੋ, ਉਹ ਤਾਂ ਵਕਤ ਪਾਇਆ ਹੁੰਦਾ ਉਹਨਾਂ ਨੇ, ਕੋਈ ਬਿਲਡਿੰਗਾਂ 'ਤੇ ਚੜ੍ਹ ਜਾਂਦਾ ਹੈ, ਕੋਈ ਹੁੰਦਾ ਹੈ, ਕਿੰਨਿਆਂ ਕਿੰਨਿਆਂ ਨੂੰ ਉਹ ਲਪੇਟ ਕੇ ਹਥਕੜੀਆਂ 'ਚ ਲਿਜਾਂਦੇ ਨੇ, ਫਿਰ ਉਹ ਉਹਨਾਂ ਦਾ ਪਾਰਟ ਹੁੰਦਾ ਵੀ ਉਹਨਾਂ ਨੇ ਲਾ ਤੋੜਨਾ, ਉਹਨਾਂ ਨੇ ਅਰੈਸਟ ਦੇਣੀ ਹੈ, ਉਹਨਾਂ ਨੇ ਕੋਈ ਨਾ। ਅਤੇ ਸਾਡੇ ਤਾਂ ਹੁਣ ਉਹ ਜਿਹੜਾ ਸਾਨੂੰ ਪਰਮਿਟ ਦੇਣ ਲੱਗਿਆ ਉਹਨਾਂ ਨੂੰ ਪਤਾ ਹੁੰਦਾ ਕਿ ਬਈ ਉਹਨਾਂ ਨੂੰ ਬਈ ਇਹਨਾਂ ਨੇ ਨਾਅਰੇ ਲਾ ਕੇ ਚੁੱਪ ਕਰਕੇ ਖਲੋ ਕੇ ਚਲੇ ਜਾਣਾ, ਇਹ ਵਾਇਲੈਂਸ ਨਹੀਂ ਕਰਦੇ। ਸੋ ਰੈਡੀਕਲਾਈਜ਼ ਕਿਵੇਂ ਹੋ ਗਿਆ? ਮੋਬੀਲਾਈਜ਼ ਤਾਂ ਜ਼ਰੂਰ ਹੈ ਕਿ ਮੋਬੀਲਾਈਜੇਸ਼ਨ ਇਸ ਵੇਲੇ ਹੈ, ਈਵਨ ਜਿਹੜਾ ਹਰ ਫਰੰਟ ਦੇ ਉੱਤੇ ਮੋਬੀਲਾਈਜੇਸ਼ਨ। ਹੁਣ ਇਹ ਲਿਖਦਾ ਮਿਸਟਰ ਸਾਨੀ, ਇਹ ਫਲਰੀ ਆਫ ਖਾਲਿਸਤਾਨੀ ਐਕਸਟ੍ਰੀਮਿਸਟ ਮੋਬੀਲਾਈਜੇਸ਼ਨ ਅਕ੍ਰੋਸ ਸੈਵਰਲ ਕੰਟਰੀਜ਼, ਪਰਟੀਕੁਲਰਲੀ ਇਨ ਦਾ ਵੈਸਟ, ਐਜ਼ ਵੈਲ ਐਜ਼ ਵਾਰਨਿੰਗਸ ਆਫ ਇੰਪੈਂਡਿੰਗ ਐਕਟੀਵਿਟੀ ਇਨਕਲੂਡਿੰਗ ਏ ਟੈਰਰਿਸਟ ਥ੍ਰੈਟ ਵਿਦ ਇਨ ਇੰਡੀਆ, ਹੈਜ਼ ਬਿਲਟ ਅਪ ਅਹੈਡ ਆਫ ਇੰਡੀਆਜ਼ 72nd ਇੰਡੀਪੈਂਡੈਂਸ ਡੇ। ਹੁਣ ਟ੍ਰੈਫਲਗਰ ਸਕੇਅਰ ਰੈਲੀ ਨੂੰ ਵੀ ਉਹਦੇ ਨਾਲ ਜੋੜ ਦਿੱਤਾ, ਔਰ ਕਿ ਜੀ ਬਾਹਰ ਇਹ ਮੋਬੀਲਾਈਜੇਸ਼ਨ ਵੀ ਹੋ ਰਹੀ ਹੈ ਔਰ ਇਹ ਭਾਰਤ ਦੇ 72ਵੇਂ ਜਿਹੜਾ ਉਹ ਆਜ਼ਾਦੀ ਦਿਵਸ ਦੇ ਨੇੜੇ ਇਹ ਜਿਹੜਾ ਸਾਰਾ ਪਾਸੇ ਹੋ ਰਿਹਾ। ਇਨ ਸਮ ਮੇਸ਼ਰ ਦਿਸ ਇਜ਼ ਰੂਟੀਨ
ਈਚ ਮੇਜਰ ਨੈਸ਼ਨਲ ਈਵੈਂਟ ਇਨ ਇੰਡੀਆ ਇਜ਼ ਆਰਡੀਨਰਲੀ ਐਨ ਓਕੇਸ਼ਨ ਫਾਰ ਟੈਰਰਿਸਟ ਐਂਡ ਐਕਸਟ੍ਰੀਮਿਸਟ ਫਾਰਮੇਸ਼ਨਸ ਆਫ ਡਿਫਰੈਂਟ ਹਿਊਜ਼ ਟੂ ਸੀਕ ਟੂ ਔਰਕੈਸਟ੍ਰੇਟ ਇੰਸੀਡੈਂਟਸ ਐਂਡ ਔਰਗੇਨਾਈਜ਼ ਪ੍ਰੋਟੈਸਟ ਟੂ ਡਰਾ ਅਟੈਨਸ਼ਨ ਟੂ ਦੇਅਰ ਕੌਜ਼। ਤੁਸੀਂ ਝੂਠੀ ਆਜ਼ਾਦੀ ਦੀ ਸੈਲੀਬ੍ਰੇਸ਼ਨ ਕਰੋਗੇ ਤਾਂ ਜ਼ਾਹਰ ਹੈ ਕਿ ਉਹਦਾ ਪ੍ਰੋਟੈਸਟ ਵੀ ਹੋਏਗਾ। ਜਿਹੜੇ ਤੁਹਾਡੀ ਇਸ ਫੇਕ ਆਜ਼ਾਦੀ ਦੇ ਥੱਲੇ ਸਫ਼ਰ ਕਰਦੇ ਨੇ, ਉਹ ਸਿੱਖ ਹੋਣ, ਮੁਸਲਮਾਨ ਹੋਣ, ਈਸਾਈ ਹੋਣ, ਕਸ਼ਮੀਰੀ ਹੋਣ, ਦਲਿਤ ਹੋਣ, ਉਹ ਕਰਦੇ ਨੇ। ਔਰ ਇਹਨੂੰ ਉਹਨੇ ਇਹ ਕਿਹਾ ਜੀ ਇਹ ਹੈ ਹੀ ਹੈ ਜਦੋਂ ਹੋਏਗਾ। ਫਾਰ ਈਅਰਸ ਨਾਓ ਈਚ ਇੰਡੀਪੈਂਡੈਂਸ ਡੇ ਹੈਜ਼ ਬਿਨ ਪ੍ਰੋਸੀਡਿਡ ਬਾਈ ਵਾਰਨਿੰਗਸ ਆਫ ਟੈਰਰਿਸਟ ਅਟੈਕ, ਯੈਟ ਈਚ ਈਅਰ ਹੈਜ਼ ਪਾਸ ਲਾਰਜਲੀ ਫਰੀ ਆਫ ਇੰਸੀਡੈਂਟ ਐਕਸੈਪਟ ਇਨ ਰੀਜਨਸ ਆਲਰੇਡੀ ਐਂਡ ਸਿਗਨੀਫਿਕੈਂਟਲੀ ਇਫੈਕਟਡ ਬਾਈ ਔਨ ਗੋਇੰਗ। ਉਹਨੇ ਕਿਹਾ ਜੀ ਹਰ ਵਾਰੀ ਇਹ ਹੁੰਦਾ ਪਰ ਪੀਸਫੁਲੀ ਰਹਿੰਦਾ, ਪਰ ਉਹ ਖਿੱਤੇ ਹੁਣ ਇੱਥੇ ਕਸ਼ਮੀਰ ਦਾ ਨਾਂ ਨਹੀਂ ਲੈ ਰਿਹਾ ਕਿ ਜੀ ਉੱਥੇ ਜਿਹੜਾ ਅਸੀਂ ਕਰਨੀ ਹੈ ਵਾਇਲੈਂਸ। ਹੁਣੇ ਕਹਿ ਰਹੇ ਟੈਰਰਿਸਟ ਮੂਵਮੈਂਟਸ ਦਿਸ ਟਾਈਮ ਅਰਾਊਂਡ, ਇੰਟੈਲੀਜੈਂਸ ਏਜੰਸੀਜ਼ ਹੈਵ ਵਾਰਨਡ ਦੈਟ ਟੂ ਟੈਰਰਿਸਟ ਲਖਵਿੰਦਰ ਸਿੰਘ ਐਂਡ ਪਰਮਿੰਦਰ ਸਿੰਘ ਹੂ ਐਸਕੇਪਡ ਫਰੋਮ ਨਾਭਾ ਜੇਲ ਇਨ 2016 ਹੈਡ ਬਿਨ ਟੈਸਕ ਟੂ ਸਟੇਜ ਐਨ ਅਟੈਕ ਮੋਸਟ ਲਾਈਕਲੀ ਔਨ ਪਾਰਲੀਮੈਂਟ ਔਨ ਅਗਸਟ 15। ਹੁਣ ਕਹਿੰਦਾ ਵੀ ਇਸ ਵਾਰੀ ਜਿਹੜਾ ਆਜ਼ਾਦੀ ਦਿਵਸ ਹੈ, ਦੋ ਦਹਿਸ਼ਤਗਰਦ ਲਖਵਿੰਦਰ ਸਿੰਘ ਪਰਮਿੰਦਰ ਸਿੰਘ ਜਿਹੜੇ 2016 'ਚ ਭੱਜ ਗਏ ਸੀ ਨਾਭਾ ਜੇਲ 'ਚੋਂ, ਉਹਨਾਂ ਨੇ 15 ਅਗਸਤ ਨੂੰ ਅਟੈਕ ਕਰਨਾ ਪਾਰਲੀਮੈਂਟ। ਤੁਸੀਂ ਇਹ ਕਿਉਂ ਜੇ ਤਾਂ ਉਹਨਾਂ ਨੇ ਅਟੈਕ ਕਰਨਾ ਤਾਂ ਤੁਹਾਨੂੰ ਫਿਰ ਪਤਾ ਥੋੜ੍ਹੀ ਲੱਗਣਾ, ਪਰ ਇਹ ਵਿਚਾਰਿਆਂ ਨੂੰ ਕਿਤੇ ਫੜ ਫੁੜ ਕੇ ਮਾਰ ਮੁਰ ਦਿੱਤਾ ਹੋਣਾ ਜਾਂ ਕਿਤੇ ਊਈ 'ਚ ਲੁਕੇ ਛਿਪੇ ਹੋਣੇ ਨੇ, ਤੇ ਉਹ ਹੁਣ ਇਸ ਸਾਰੇ ਨੂੰ ਕਿ ਜੀ ਪਾਰਲੀਮੈਂਟ ਐਂਡ ਬਿਲਕੁਲ ਇਹਨਾਂ ਨੂੰ ਪਤਾ ਵੀ 15 ਅਗਸਤ ਨੂੰ ਕਰਨਾ ਪਾਰਲੀਮੈਂਟ ਦਾ ਹੀ ਕਰ। ਇੰਨੀ ਪ੍ਰਿਸਾਈਜ਼ ਇਨਫੋਰਮੇਸ਼ਨ ਇਹ ਜਿਹੜੇ ਨੇ ਲਖਵਿੰਦਰ ਸਿੰਘ ਤੇ ਦੂਜੇ, ਉਹ ਕੀ ਇੱਕ ਸੀ ਫਿਲਮ ਵੀ ਬਣੀ ਜੈਕਲ, ਕਿ ਇੰਡੀਵਿਜੁਅਲ ਕੋਈ ਤੁਰਿਆ ਹੋਇਆ ਉਹਨੇ ਟਾਰਗੇਟ ਕਰਨਾ ਕਿਸੇ ਨੂੰ, ਇਹ ਇੱਦਾਂ ਦੇ ਬਣਾ ਦਿੱਤੇ ਨੇ ਕਿ ਜੀ ਇਹ ਦੋ ਜਿਹੜੇ ਨੇ ਇਹ ਨਹੀਂ ਅਜੇ ਇਹਨਾਂ ਨੇ ਕਿਹਾ ਵੀ ਉਹਨਾਂ ਦੇ ਨਾਲ ਉਹਨਾਂ ਦੇ ਖੰਭ ਵੀ ਲੱਗੇ ਹੋਏ ਨੇ, ਉੱਡਣਗੇ ਔਰ ਲਾਲ ਕਿਲ੍ਹੇ ਤੋਂ ਉੱਡਣਗੇ ਜਾ ਕੇ ਪਾਰਲੀਮੈਂਟ 'ਤੇ ਬੈਠਣਗੇ, ਉਹਦੇ 'ਤੇ ਫਿਰ ਉਹ ਜਿਹੜਾ ਕਰਕੇ ਫਿਰ ਉੱਡ ਕੇ ਲਾਹੌਰ ਚਲੇ ਜਾਣਗੇ, ਕਿਉਂਕਿ ਉਹ ISI ਨੇ ਹੀ ਖੰਭ ਲਾਏ ਹੋਏ ਨੇ ਉਹਨਾਂ ਦੇ। ਪਰ ਤੁਸੀਂ ਇਸ ਤੋਂ ਦੇਖੋ ਵੀ ਇਹ ਕਿਵੇਂ ਉਸ ਨੈਰੇਟਿਵ ਨੂੰ ਬਣਾ ਰਹੇ ਨੇ। ਵਾਇਲ ਦਿਸ ਕੰਸਟੀਚਿਊਟਸ ਏ ਪ੍ਰੋਕਸੀਮੇਟ ਥ੍ਰੈਟ, ਦੇਰ ਹੈਵ ਬਿਨ ਵਾਈਡਰ ਐਂਡ ਡਿਸਟਰਬਿੰਗ ਟ੍ਰੈਂਡਸ ਇਨਕਲੂਡਿੰਗ ਐਨ ਐਫਰਟ ਐਟ ਗਲੋਬਲ ਮੋਬਿਲਾਈਜੇਸ਼ਨ ਆਫ ਦਾ ਸਿੱਖ ਕਮਿਊਨਿਟੀ ਅੰਡਰ ਦਾ ਐਜਿਸ ਆਫ ਰੈਫਰੈਂਡਮ 2020 ਸੀਕਿੰਗ ਏ ਸੋਵਰਨ ਸਟੇਟ ਆਫ ਖਾਲਿਸਤਾਨ ਵਿਦ ਪੋਲਿੰਗ ਪਰਪਰਟਲੀ ਟੂ ਬੀ ਹੈਲਡ ਇਨ ਮੇਜਰ ਸਿਟੀਜ਼ ਆਫ ਨੌਰਥ ਅਮੈਰੀਕਾ, ਯੂਰਪ, ਆਸਟ੍ਰੇਲੀਆ, ਨਿਊਜ਼ੀਲੈਂਡ, ਮਲੇਸ਼ੀਆ, ਸਿੰਗਾਪੁਰ, ਕੀਨੀਆ, ਮਿਡਲ ਈਸਟ ਐਂਡ ਓਸਟੈਂਸੀਬਲੀ ਇੰਡੀਅਨ ਪੰਜਾਬ। ਇਹ ਹੈ ਕਿ ਆਂਡਾ ਕਿਤੇ ਅਤੇ ਕੁੜਕੁੜ ਕਿਤੇ, ਕਿ ਬਈ ਤੁਹਾਡੇ ਪਾਰਲੀਮੈਂਟ 'ਤੇ ਅਟੈਕ ਵਾਲੀ ਗੱਲ ਨਹੀਂ ਹੈ, ਗੱਲ ਤੁਹਾਨੂੰ ਕਿੰਨੇ ਦੇਸ਼ ਗਣਾ ਤਾਂ ਮੈਨੂੰ ਵੀ ਨਹੀਂ ਸੀ ਆਉਂਦਾ ਕਿ ਇੱਥੇ ਆਉਣਾ। ਸੋ ਉਹਨਾਂ ਦੀਆਂ ਏਜੰਸੀਆਂ ਇਹ ਦੱਸਣ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿ ਵੀ ਇਹ ਜਿਹੜਾ ਸਾਰਾ ਇਹ ਦਹਿਸ਼ਤਗਰਦੀ ਔਰ ਇਹ ਰੈਫਰੈਂਡਮ ਇਹ ਟੁਗੈਦਰ ਹੈ। ਔਰ ਇਹ ਕਹਿੰਦਾ ਬੜੀ ਵਰੀ ਵਾਲੀ ਗੱਲ ਹੈ ਕਿ ਵੀ ਇਹ ਜਿਹੜਾ ਸਾਰੇ ਇਨਕਲੂਡਿੰਗ ਇੰਡੀਅਨ ਪੰਜਾਬ ਇਹ ਜਿਹੜਾ ਇਹਨਾਂ ਨੇ ਕਰਨਾ। ਦਾ ਮੂਵਮੈਂਟ ਹੈਜ਼ ਪਲੈਨਡ ਇਹ ਲੰਡਨ ਡੈਕਲਾਰੇਸ਼ਨ ਰੈਲੀ ਐਟ ਟ੍ਰੈਫਲਗਰ ਸਕੇਅਰ ਔਨ ਅਗਸਟ 12 3 days ਬਿਫੋਰ ਇੰਡੀਆ ਸੈਲੀਬ੍ਰੇਟਸ ਹਰ ਇੰਡੀਪੈਂਡੈਂਸ ਡੇ, ਕਿ 3 ਦਿਨ ਪਹਿਲਾਂ ਜਦੋਂ ਕਿ ਭਾਰਤ ਨੇ ਆਜ਼ਾਦੀ ਦਿਵਸ ਮਨਾਉਣਾ, ਸਿੱਖ ਤਾਂ ਅੱਗੇ ਨਿਕਲ ਗਏ, 3 ਦਿਨ ਪਹਿਲਾਂ ਆਪਣੀ ਆਜ਼ਾਦੀ ਮਨਾਉਣ ਲੱਗ ਗਏ ਕਿ ਵੀ ਅਸੀਂ ਆਜ਼ਾਦ ਹੈ। ਸੋ ਬੇਸਿਕਲੀ ਇਹ ਹੈ ਕਿ ਵੀ ਜਿਹੜੀ ਫੋੜਾ ਕਿਤੇ ਹੈ ਅਤੇ ਤਕਲੀਫ਼ ਕਿਤੇ।
The front organization in charge of the rally and the referendum is Khalistani Sikhs for Justice. Khalistani Sikhs for Justice. ਉਹਨਾਂ ਨੇ ਖਾਲਿਸਤਾਨੀ ਲਿਖਣ ਦੀ ਕੀ ਲੋੜ ਹੈ? ਕਿਉਂਕਿ ਐਨ ਜੀ ਓ ਹੈ, ਉਹ ਐਨ ਜੀ ਓ ਨੋਨ ਗਵਰਨਮੈਂਟਲ ਔਰਗਨਾਈਜੇਸ਼ਨ ਹੈ, ਪਰ ਇਹ ਮੇਕ ਸ਼ੋਰ ਕਰਨਾ ਚਾਹੁੰਦੇ ਨੇ ਵੀ ਹਰ ਇੱਕ ਨੂੰ ਪਹਿਲਾਂ ਤੁਸੀਂ ਖਾਲਿਸਤਾਨੀ ਕਰੋ, ਫਿਰ ਉਹਨੂੰ ਟੈਰਰ ਨਾਲ ਕਰੋ, ਫਿਰ ਪਾਕਿਸਤਾਨ ਨਾਲ ਜੋੜੋ, ਇਹ ਫਿਰ ਉਹਨਾਂ ਦਾ ਨਾਵਲ ਕੰਪਲੀਟ ਹੁੰਦਾ, ਅਦਰਵਾਈਜ਼ ਤਨਖਾਹ ਨਹੀਂ ਮਿਲਦੀ, ਤੁਹਾਨੂੰ ਤੁਸੀਂ ਕੀਤਾ ਕੀ ਹੈ? ਸੋ ਹੁਣ ਇਹ ਕਹਿ ਰਿਹਾ ਬਟ ਦ ਕੋਆਰਡੀਨੇਟਿੰਗ ਪ੍ਰੈਜੈਂਸ ਆਫ ਪਾਕਿਸਤਾਨਸ ISI is evident in rallies supporting the movement across several cities prominently including Vancouver, Frankfurt, New York and London. Interestingly, the SFJ has offered to sponsor youth from Pakistan to attend the London rally. ਹੁਣ ਪਾਕਿਸਤਾਨ ਵੀ ਵਿੱਚ ਬਾੜ ਪੰਜਾਬ ਦਾ ਉਹਨਾਂ ਨੇ ਜ਼ਰੂਰ ਕਿਹਾ ਜੇ ਉੱਥੋਂ ਵੀ ਆਉਣਾ ਚਾਹੇਗਾ, ਇਹਨਾਂ ਨੇ ਦੁਨੀਆ ਭਰ ਚੋਂ ਹੀ ਕਿਹਾ ਕਿ ਕਿਤਿਓਂ ਵੀ ਆਉਣ, ਲੇਕਿਨ ਇਹ ਪਾਕਿਸਤਾਨ ਨਾਲ ਜੋੜਨ ਦਾ ਮਤਲਬ ਹੈ ਕੋਆਰਡੀਨੇਸ਼ਨ ISI ਦੇ ਨਾਲ ਔਰ ਇਸ ਸਾਰੇ ਨੂੰ ਤੁਸੀਂ ਫਿਰ ਦਹਿਸ਼ਤਗਰਦੀ ਦੇ ਨਾਲ। ਇੰਡੀਆ ਹੈਜ਼ ਟੇਕਨ ਅਪ ਦਾ ਇਸ਼ੂ ਵਿਦ ਦਾ UK ਗਵਰਨਮੈਂਟ ਬਟ ਰਿਪੋਰਟਸ ਇੰਡੀਕੇਟ ਦੈਟ ਲੰਡਨ ਹੈਜ਼ ਲਿਟਲ ਇੰਟੈਂਸ਼ਨ ਆਫ ਪ੍ਰੀਵੈਂਟਿੰਗ ਦਾ ਡੈਮੋਨਸਟ੍ਰੇਸ਼ਨ। ਦਿਸ ਇਜ਼ ਅਨਸਰਪ੍ਰਾਈਜ਼ਿੰਗ ਗਿਵਨ ਦਾ ਲੋਂਗ ਹਿਸਟਰੀ ਆਫ ਵੈਸਟਰਨ ਸਟੇਟ ਸਪੋਰਟ ਟੂ ਐਕਸਟ੍ਰੀਮਿਸਟ ਫਾਰਮੇਸ਼ਨ ਪੋਲੀਟੀਕਲ ਅਸਾਈਲਮ ਟੂ ਏ ਨੰਬਰ ਆਫ ਟੈਰਰਿਸਟ ਫਿਊਜੀਟਿਵਸ ਐਂਡ ਐਨ ਐਕਸਟ੍ਰਾਡੀਨਰੀ ਫਰੀਡਮ ਆਫ ਪੋਲੀਟੀਕਲ ਐਕਟੀਵਿਟੀ mobilization and recruitment for movements of hate as long as this is considered expedient within a domestic political context or within a foreign policy calculus. ਹੁਣ ਇਹ ਬਾਹਰਲੀਆਂ ਸਰਕਾਰਾਂ ਤੋਂ ਇੰਨੇ ਕੁ ਸਤੇ ਹੋਏ ਨੇ, ਇਹਨਾਂ ਨੂੰ ਲੱਗਦਾ ਵੀ ਹੱਦ ਹੋ ਗਈ, ਇੱਥੇ ਹੁੰਦੇ ਤਾਂ ਅਸੀਂ ਦੱਸ ਦਿੰਦੇ ਤੁਹਾਨੂੰ, ਜਿਵੇਂ ਉਹ ਸਿਕੰਦਰ ਮਲੂਕਾ ਇੱਥੇ ਐਪਸਫੋਰਡ ਆਇਆ ਸਰੀ, ਔਰ ਜਿੰਨੇ ਬੰਦੇ ਹਾਲ 'ਚ ਉਹਨੂੰ ਸੁਣਨ ਆਏ 15 ਵੀ ਜਿਹੜੇ ਲਿਆਂਦੇ ਖਿੱਚ ਕੇ ਬਾਹਰ, 200 ਬੰਦਾ ਸੀ, ਔਰ ਪੁਲਿਸ ਨੇ ਦੇਖਿਆ ਵੀ ਇਹ ਆ, ਉਹਨਾਂ ਨੇ ਕਿਹਾ ਜੀ ਰੈਲੀ ਕੈਂਸਲ, ਵੀ ਇਹ ਨਹੀਂ ਹੈ ਪ੍ਰੋਟੈਸਟ, ਜਿਹੜਾ ਉਹ ਅਟੈਕ ਵੀ ਹੋ ਸਕਦਾ, ਅੰਦਰ ਆ ਸਕਦੇ। ਤਾਂ ਮਲੂਕਾ ਉਹਨਾਂ ਨੂੰ ਕਹਿ ਰਿਹਾ ਹੁੰਦਾ ਪੰਜਾਬ ਦੇ ਨਾਲ ਤਾਂ ਸਾਡੀ ਪੰਜਾਬ ਪੁਲਿਸ ਚੰਗੀ ਹੈ, ਇਹ ਕਾਹਦੀ ਤੁਹਾਡੀ ਪੁਲਿਸ ਹੈ? ਉਹਨਾਂ ਨੇ ਬਾਅਦ 'ਚ ਕੈਨੇਡਾ ਨੇ ਪ੍ਰੋਟੈਸਟ ਵੀ। ਹੁਣ ਇਹਨਾਂ ਦੇ ਦਿਮਾਗਾਂ 'ਚ ਉਹ ਵੜਿਆ ਹੋਇਆ, ਔਰ ਜਿਵੇਂ ਇਮਰਾਨ ਖਾਨ ਇੱਕ ਇੰਟਰਵਿਊ ਦੇ ਵਿੱਚ ਕਹਿ ਰਹੇ ਸੀ, ਉਹਨਾਂ ਨੇ ਗੱਲ ਕੋਈ ਚੱਲੀ, ਉਹਨਾਂ ਨੇ ਕਿਹਾ ਜੀ ਕਿ ਵੀ ਇਹ ਕੀ ਹੈ ਤੁਸੀਂ ਜਦੋਂ ਇਹ ਕਹਿੰਦੇ ਹੋ ਵੀ ਡੈਮੋਕ੍ਰੇਸੀ ਔਰ ਦੂਸਰਾ। ਇੱਕ ਗੱਲ ਉਹਨੇ ਬੜੀ ਚੰਗੀ ਕਹੀ, ਉਹਨੇ ਕਿਹਾ ਜੀ ਜਿਹੜੀ ਸਾਡੇ ਇੰਡੀਆ ਪਾਕਿਸਤਾਨ ਦੋਨਾਂ ਦਾ ਜ਼ਿਕਰ ਕੀਤਾ ਵੀ ਜਿਹੜੇ ਕਲੋਨੀਅਲ ਰੂਲ ਥੱਲੇ ਰਹੇ ਨੇ ਜੀ, ਉਹਨਾਂ ਦੇ ਅੰਦਰ ਕਲੋਨੀਅਲ ਮੈਂਟੈਲਿਟੀ ਹੈ, ਇੱਕ ਤਾਂ ਉਹਨਾਂ 'ਚ ਅਹਿਸਾਸੇ ਕਮਤਰੀ ਹੈ, ਇਨਫਰੀਓਰਟੀ ਕੰਪਲੈਕਸ ਹੈ, ਉਹਨਾਂ ਨੂੰ ਲੱਗਦਾ ਹੈ ਵੀ ਸੂਟ ਪਾ ਲਓ, ਟਾਈ ਲਾ ਲਓ। ਉਹਨੇ ਕਿਹਾ ਵੀ ਦੋ ਗੱਲਾਂ ਨੇ, ਇੱਕ ਮਾਡਰਨਾਈਜੇਸ਼ਨ ਹੈ, ਇੱਕ ਵੈਸਟਰਨਾਈਜੇਸ਼ਨ ਹੈ। ਵੀ ਵੈਸਟਰਨਾਈਜੇਸ਼ਨ ਮਾੜੀ ਹੈ ਜੇ ਤੁਸੀਂ ਕੰਪਲੈਕਸ 'ਚ ਕਰਦੇ ਹੋ ਕਿ ਵੀ ਤੁਹਾਨੂੰ ਆਪਣਾ ਪਹਿਰਾਵਾ ਕੁੜਤਾ ਪਜਾਮਾ ਜਾਂ ਸ਼ਲਵਾਰ ਕਮੀਜ਼ ਜਾਂ ਤੁਹਾਨੂੰ ਆਪਣਾ ਜਿਹੜਾ ਉਹਦੇ 'ਚੋਂ ਲੱਗੇ ਕਿ ਵੀ ਇਹ ਘਟੀਆ, ਔਰ ਤੁਸੀਂ ਉਹਨਾਂ ਦਾ ਜਿਹੜੀ ਹੈ ਤਹਿਜ਼ੀਬ ਉਹਨਾਂ ਦੇ ਬਰਾਬਰ ਹੋਣ ਲਈ ਕਰੋ, ਪਰ ਇਹਦਾ ਮਤਲਬ ਇਹ ਨਹੀਂ ਵੀ ਤੁਸੀਂ ਮਾਡਰਨਾਈਜ਼ ਨਾ ਹੋ। ਹੁਣ ਦੂਸਰਾ ਪਾਸਾ ਜਿਹੜਾ ਕਲੋਨੀਅਲ ਈਰਾ, ਹੁਣ ਅੰਗਰੇਜ਼ਾਂ ਦਾ ਕੀ ਸੀ ਕਿ ਉਹ ਥੋੜ੍ਹੀ ਗਿਣਤੀ 'ਚ ਉਹਨਾਂ ਨੇ ਬਹੁਤਿਆਂ ਨੂੰ ਕੰਟਰੋਲ ਕੀਤਾ ਹੋਇਆ ਸੀ, ਔਰ ਉਹਨਾਂ ਨੇ ਕਾਨੂੰਨ ਵੀ ਇਸ ਕਿਸਮ ਦੇ ਬਣਾਏ ਹੋਏ ਸੀ ਜਿਹਦੇ 'ਚ ਅੱਜ ਵੀ ਜਦੋਂ ਤੁਹਾਡੀ ਡਾਕ ਉੱਤੇ ਸੈਂਸਰ ਕੀਤੀ ਜਾਂਦੀ ਹੈ, 1850-55 ਦਾ ਕਾਨੂੰਨ ਹੈ ਜੀ, ਪੋਸਟਲ ਸੈਂਸਰਸ਼ਿਪ ਐਕਟ। ਇਸੇ ਤਰ੍ਹਾਂ ਜਿਹੜਾ ਸੈਡੀਸ਼ਨ ਐਕਟ ਹੈ ਕਿ ਵੀ ਜੇ ਤੁਸੀਂ ਸਰਬੱਤ ਖਾਲਸਾ ਕੀਤਾ ਦੇਸ਼ ਧਰੋਹੀ, ਤੁਸੀਂ ਆਜ਼ਾਦ ਕਸ਼ਮੀਰ ਕਿਹਾ ਤੁਸੀਂ ਦੇਸ਼ ਧਰੋਹੀ, ਇਹ ਸਭ ਅੰਗਰੇਜ਼ਾਂ ਦੇ ਜ਼ਮਾਨੇ ਦੇ ਕਾਨੂੰਨ ਨੇ। ਔਰ ਕਿਉਂਕਿ ਉਹਨਾਂ ਨੇ
ਇਸ ਡਰ ਦੇ ਨਾਲ ਕਾਨੂੰਨ ਦੇ ਡੰਡੇ ਨਾਲ ਲੋਕਾਂ ਦੀ ਜਿਹੜੀ ਆਵਾਜ਼ ਨੂੰ ਵੀ ਕੁਚਲਿਆ, ਨਵੇਂ ਹਾਕਮ ਜਿਹੜੇ ਆਏ ਉਹਨਾਂ ਨੂੰ ਸੂਟ ਕਰਦੇ, ਉਹਨਾਂ ਨੇ ਉਹ ਲਾਅ ਨਹੀਂ ਬਦਲੇ ਹੈ। ਸੋ ਉਹਨਾਂ ਦੀ ਹੁਣ ਉਹੀ ਅੰਗਰੇਜ਼ ਜਿਹੜਾ ਉੱਥੇ ਰਹਿੰਦੇ ਆ ਉਸ ਕਿਸਮ ਦੇ ਐਕਟ ਬਣਾਉਂਦਾ ਸੀ, ਰੌਲਟ ਐਕਟ ਸੀ, ਸੈਡੀਸ਼ਨ ਐਕਟ ਸੀ ਜਾਂ ਦੂਜੇ ਸੀ ਉਹ ਜਦੋਂ, ਔਰ ਇਹ ਬਹੁਤ ਸਾਰੇ ਨੋਵਲ ਤੁਸੀਂ ਉਸ ਦੌਰ ਦੇ ਦੇਖੋਗੇ ਤਾਂ ਫਿਰ ਇਹ ਹੋਏਗਾ ਕਿ ਉਹੀ ਅੰਗਰੇਜ਼ ਜਦੋਂ ਤੁਹਾਡੇ ਨਾਲ ਟਰੈਵਲ ਕਰ ਰਿਹਾ, ਸਮੁੰਦਰੀ ਜਹਾਜ਼ਾਂ 'ਚ ਲੋਕ ਜਾਂਦੇ ਸੀ ਜ਼ਿਆਦਾ, ਸੁਏਜ਼ ਕੈਨਾਲ, ਸੁਏਜ਼ ਕੈਨਾਲ ਤੋਂ ਉਹਨਾਂ ਦੀ ਟੈਰੀਟਰੀ ਦੂਜੇ ਪਾਸੇ ਜਿਹੜੀਆਂ ਉਹਨਾਂ ਨੇ ਕੋਲੋਨਾਈਜ਼ ਕੀਤੇ ਹੋਏ ਸੀ ਮੁਲਕ ਭਾਰਤ ਤੱਕ ਪਹੁੰਚਦੇ, ਉਹ ਕਹਿੰਦੇ ਉਹੀ ਅੰਗਰੇਜ਼ ਜਿਹੜਾ ਉੱਥੋਂ ਇੰਡੀਆ ਤੋਂ ਸੁਏਜ਼ ਕੈਨਾਲ ਤੱਕ ਇੱਕ ਹਾਕਮ ਦੀ ਤਰ੍ਹਾਂ ਆਕੜ ਕੇ ਬੈਠਾ ਸੀ, ਜਿਉਂ ਹੀ ਸੁਏਜ਼ ਕੈਨਾਲ ਤੋਂ ਇੰਗਲੈਂਡ ਆਉਂਦਾ ਸੀ ਉਹ ਬਿਲਕੁਲ ਡਿਫਰੈਂਟ ਹੁੰਦਾ ਸੀ। ਔਰ ਉਹੀ ਵਿਦਿਆਰਥੀ ਬ੍ਰਿਟਿਸ਼ ਰੂਲ ਦੇ ਵੇਲੇ ਵੀ ਜਿਹੜੇ ਇੰਗਲੈਂਡ ਪੜ੍ਹਨ ਆਉਂਦੇ ਸੀ ਉਹ ਗੁਲਾਮੀ ਦਾ ਅਹਿਸਾਸ ਨਹੀਂ ਸੀ ਕਰਦੇ, ਉਹ ਪਿੱਛੇ ਨੂੰ ਜਦੋਂ ਦੇਖਦੇ ਸੀ ਫਿਰ ਉਹਨਾਂ ਨੂੰ ਅਹਿਸਾਸ ਹੁੰਦਾ ਸੀ। ਉੱਥੇ ਉਹਨਾਂ ਦੇ ਲਈ ਸਕੋਲਰਸ਼ਿਪਸ ਵੀ ਸੀ, ਉਹਨਾਂ ਨੂੰ ਘਰ ਵੀ ਮਿਲਦੇ ਸੀ, ਉਹ ਪਾਰਟ ਟਾਈਮ ਕੰਮ ਵੀ ਕਰਦੇ ਸੀ, ਐਜੂਕੇਸ਼ਨ ਵੀ ਬੈਸਟ ਸੀ। ਹੁਣ ਜਿਹੜਾ ਅੰਗਰੇਜ਼ਾਂ ਨੇ ਉੱਥੇ ਜਿਸ ਕਿਸਮ ਦੇ ਕਾਨੂੰਨ ਬਣਾ ਕੇ ਜੋ ਜ਼ਹਿਨੀਅਤ ਇਹਨਾਂ ਦੀ ਬਣਾ ਦਿੱਤੀ, ਹੁਣ ਇਹ ਸਮਝਦੇ ਨੇ ਕਿ ਅੰਗਰੇਜ਼ ਇੰਗਲੈਂਡ ਲੰਡਨ 'ਚ ਰੈਲੀ ਕਿਉਂ ਨਹੀਂ ਰੋਕ ਸਕਦੇ, ਉੱਥੇ ਅਸੀਂ ਸਾਡੇ ਜਾਂਦੇ ਨੇ ਪ੍ਰੋਟੈਸਟ ਕਿਉਂ ਨਹੀਂ ਬੰਦ ਕਰ ਸਕਦੇ। ਉਹ ਇਹ ਨਹੀਂ ਸਮਝਦੇ ਕਿ ਉਹ ਜਿਹੜਾ ਸੀ ਉਹ ਉਹਨਾਂ ਲੋਕਾਂ 'ਤੇ ਸੀ ਜਿਨ੍ਹਾਂ ਦੇ ਉੱਤੇ ਉਹ ਰਾਜ ਕਰਦੇ ਸੀ, ਔਰ ਉਹ ਅਜੇ ਵੀ ਜਿਹੜੇ ਭਾਰਤ ਜਾਂ ਪਾਕਿਸਤਾਨ ਜਾਂ ਸ਼੍ਰੀਲੰਕਾ ਜਾਂ ਦੂਜੇ ਉਹ ਸਾਰੇ ਖਿੱਤੇ ਦੇ ਹਾਕਮ ਨੇ, ਉਹਨਾਂ ਦੀ ਮੈਂਟੈਲਿਟੀ ਉਹੀ ਕਲੋਨੀਅਲ ਮੈਂਟੈਲਿਟੀ ਹੈ। ਔਰ ਇਹੀ ਕਾਰਨ ਹੈ ਕਿ ਇਹ ਸਾਰੇ ਪੈਰਾਗ੍ਰਾਫ 'ਚ ਇਹ ਜਿਹੜਾ ਮਿਸਟਰ ਸਾਨੀ ਹੈ ਸੋ ਕਾਲਡ ਕਨਫਲਿਕਟ ਮੈਨੇਜਮੈਂਟ ਦਾ, ਉਹਨੂੰ ਉਹ ਕਹਿੰਦਾ ਜੀ ਇਹ ਬਾਹਰਲੇ ਇਸ ਲਈ ਨਹੀਂ ਬੰਦ ਕਰਦੇ ਕਿਉਂਕਿ ਇਹ ਫੋਰਨ ਪਾਲਿਸੀ ਯੂਜ਼ ਕਰਨਾ ਚਾਹੁੰਦੇ ਨੇ ਔਰ ਇਹ ਡੋਮੈਸਟਿਕ ਉਹਨਾਂ ਨੂੰ ਸੂਟ ਕਰਦਾ। ਇਹ ਨਹੀਂ ਹੈ ਉੱਥੇ ਲੰਡਨ ਹੋਏ, ਮੈਂ ਉਹਦੀ ਹਿਸਟਰੀ ਦੇਖ ਰਿਹਾ ਸੀ ਟ੍ਰੈਫਲਗਰ ਸਕੇਅਰ ਦੀ, ਕਈ ਚੀਜ਼ਾਂ ਨੇ ਉੱਥੇ, ਇੱਕ ਪਾਸੇ ਜਾਰਜ ਵਾਸ਼ਿੰਗਟਨ ਦਾ ਬੁੱਤ ਵੀ ਲੱਗਾ ਹੋਇਆ ਉਹਦਾ, ਮੈਂ ਸ਼ਾਇਦ ਕਿਸੇ ਦਿਨ ਇਹਨੂੰ ਡਿਟੇਲ ਡਿਸਕਸ ਵੀ ਕਰਾਂ। ਔਰ ਉਹਦੇ 'ਚ ਦਿਲਚਸਪ ਗੱਲ ਇਹ ਸੀ, ਮੈਂ ਇਹ ਦੇਖਦਾ ਔਰ ਉਹ ਸਟੇਟ ਆਫ ਵਰਜੀਨੀਆ ਨੇ ਭੇਟ ਕੀਤਾ ਉਹਨੂੰ ਟ੍ਰੈਫਲਗਰ ਸਕੇਅਰ ਦੇ ਇੱਕ ਅੰਡੇ ਨੂੰ, ਔਰ ਉਹਦੇ 'ਚ ਮੈਂ ਉਹ ਪੜ੍ਹਦਿਆਂ ਪੜ੍ਹਿਆ ਕਿ ਉਸ ਦੀ ਜਿਹੜੀ ਬੁੱਤ ਦੇ ਥੱਲੇ ਮਿੱਟੀ ਲੱਗੀ ਹੋਈ ਹੈ ਉਹ ਵਰਜੀਨੀਆ ਤੋਂ ਭੇਜੀ ਗਈ, ਬੁੱਤ ਤਾਂ ਭੇਜਿਆ ਹੀ ਸਟੇਟ ਆਫ ਵਰਜੀਨੀਆ ਨੇ। ਫਿਰ ਮੈਂ ਕਿਹਾ ਜੀ ਇਹਦਾ ਕੀ ਮਤਲਬ ਹੈ, ਉਹਨਾਂ ਨੇ ਕਿਹਾ ਕਿ ਜੀ ਜਦੋਂ ਵਾਸ਼ਿੰਗਟਨ ਨੇ ਕਲੋਨੀਅਲ ਰੂਲ ਦੇ ਖਿਲਾਫ 1776 4 ਜੁਲਾਈ ਨੂੰ ਡੈਕਲਰੇਸ਼ਨ ਆਫ ਇੰਡੀਪੈਂਡੈਂਸ ਕੀਤੀ ਔਰ ਉਹਦੇ 'ਚ ਉਹਨੇ ਕਿਹਾ ਵੀ ਹੁਣ ਮੈਂ ਕਦੇ ਇੰਗਲੈਂਡ ਦੀ ਮਿੱਟੀ 'ਤੇ ਇੰਗਲੈਂਡ ਦੀ ਧਰਤੀ 'ਤੇ ਪੈਰ ਨਹੀਂ ਰੱਖਾਂਗਾ, ਔਰ ਉਹਨੇ ਵਾਕਈ ਉਹਨੇ ਤਾਂ ਦੇਸ਼ ਆਜ਼ਾਦ ਕਰਵਾਇਆ, ਅਮਰੀਕਾ ਦਿੱਤਾ ਜੋ ਮੁਲਕ ਅੱਜ ਦੁਨੀਆ ਦਾ ਜਿਹੜਾ ਇੱਕ ਡ੍ਰੀਮ ਲੈਂਡ ਹੈ। ਹੁਣ ਜਦੋਂ ਉਹਨਾਂ ਨੇ ਬੁੱਤ ਵੀ ਭੇਜਿਆ ਇਸ ਸੈਂਸਿਟਿਵਿਟੀ ਨੂੰ ਰੱਖਦੇ ਹਾਂ ਕਿ ਜਿਹੜੇ ਵਾਸ਼ਿੰਗਟਨ ਨੇ ਉਸ ਮਿੱਟੀ 'ਤੇ ਪੈਰ ਨਾ ਰੱਖਣ ਦਾ ਪ੍ਰਣ ਲਿਆ ਸੀ ਉਹਦਾ ਬੁੱਤ ਵੀ ਇੰਗਲੈਂਡ ਦੀ ਮਿੱਟੀ 'ਤੇ ਨਹੀਂ ਟਿਕਣਾ ਚਾਹੀਦਾ, ਮਿੱਟੀ ਵੀ ਅਮਰੀਕਾ ਦੀ। ਹੁਣ ਇੱਕ ਪਾਸੇ ਤਾਂ ਆਜ਼ਾਦੀ ਦੀ ਇਹ ਸਪਿਰਿਟ ਹੈ ਹੁਣ ਜਿੱਥੇ, ਔਰ ਉੱਥੇ ਹੋਰ ਵੀ ਟ੍ਰੈਫਲਗਰ ਸਕੇਅਰ ਜਿਹੜਾ ਉਹ ਕਈ ਦਹਾਕਿਆਂ ਤੋਂ ਉਹ ਹੈੱਡਕੁਆਰਟਰ ਹੈ ਉੱਥੋਂ ਦਾ, ਜਿੱਥੇ ਸਾਰੇ ਹੀ ਲੋਕ ਉੱਥੇ ਇੱਕ ਉਚਾਰ ਚਫੇਰੇ ਹੈ, ਉੱਥੇ ਪੋਲੀਟੀਕਲ ਰੈਲੀਜ਼ ਹੀ ਹੁੰਦੀਆਂ ਨੇ। ਹੁਣ ਇਹ ਕਿਹੜਾ ਇੱਥੋਂ ਜਿਹੜੇ ਇਹਨਾਂ ਦੇ ਪੜ੍ਹ ਕੇ ਗਏ ਹੋਏ ਨੇ ਉਹਨਾਂ ਨੂੰ ਕਿਹੜਾ ਨਹੀਂ ਪਤਾ, ਪਰ ਇਹਨਾਂ ਦੀ ਜ਼ਹਿਨੀਅਤ ਐਸੀ ਹੈ ਉਹ ਜਿਵੇਂ ਉਹ ਮਲੂਕਾ ਕਹਿੰਦਾ ਵੀ ਹੁੰਦੇ ਪੰਜਾਬ 'ਚ ਤਾਂ ਮੈਂ ਦੱਸਦਾ, ਔਰ ਇਸੇ ਤਰ੍ਹਾਂ ਇੱਕ ਪਾਕਿਸਤਾਨ ਦੇ ਡਿਪਲੋਮੈਟ ਸੀ ਇੱਥੇ ਬੀਬੀ ਅਤੇ ਸਾਡੇ ਮਿੱਤਰ ਸ਼ੇਖ ਸਾਹਿਬ ਉਹਦੇ ਪਿੱਛੇ ਪੈ ਗਏ ਕਿਸੇ ਗੱਲ ਤੋਂ, ਮੈਂ ਉਹਦਾ ਨਾਂ ਨਹੀਂ ਲਵਾਂਗਾ, ਅਤੇ ਉਹ ਜਦੋਂ ਉਹਨਾਂ ਨੇ ਉਹਦੇ 'ਤੇ ਕੁਛ ਨਾ ਕੁਛ ਲਿਖੀ ਜਾਣਾ ਅਤੇ ਉਹਨੇ ਇੱਕ ਹੋਰ ਪੱਤਰਕਾਰ ਨੂੰ ਕਿਹਾ, ਕਹਿੰਦੇ ਅਗਰ ਪਾਕਿਸਤਾਨ ਮੇਂ ਹੋਤੇ ਤਾਂ ਮੈਂ ਇਸਕੀ ਲਾਤੇ ਤੁੜਵਾ ਦਿੱਤੀ, ਟਾਂਗੇ ਤੁੜਵਾ ਦਿੱਤੇ, ਹੈਂ ਮੈਂ ਇਸਕੀ ਟਾਂਗੇ ਤੁੜਵਾ ਦਿੱਤੇ।
ਹੁਣ ਗੱਲ ਇਹ ਮੈਂਟੈਲਿਟੀ ਹੈ ਕਿ ਵੀ ਨਾ ਉਹਨਾਂ ਦੀ ਉਹ ਮੈਂਟੈਲਿਟੀ ਨਿਕਲੀ ਆ, ਉਹਨਾਂ ਨੂੰ ਲੱਗਦਾ ਵੀ ਇਹ ਇੱਥੇ ਬਹਿ ਕੇ ਜਿਹਨੂੰ ਮਰਜ਼ੀ ਜੋ ਮਰਜ਼ੀ ਕਹੀ ਜਾਣ ਲਿਖੀ ਜਾਣ। ਔਰ ਇਹੀ ਕਾਰਨ ਹੈ ਕਿ ਕਈ ਸਾਡੇ ਵੀ ਵੈਲਵਿਸ਼ਰ ਜਿਹੜੇ ਕਦੇ ਇੱਧਰ ਆਉਣਗੇ ਜਾਂ ਦੂਜੇ, ਉਹ ਜਦੋਂ ਸਾਡੀਆਂ ਗੱਲਾਂ ਸੁਣਦੇ ਕਹਿੰਦੇ ਜੀ ਇਹ ਡਰ ਨਹੀਂ ਲੱਗਦਾ। ਸੋ ਉਹਨਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੈ ਕਿ ਫਰੀਡਮ ਕੀ ਹੁੰਦੀ ਐਕਸਪ੍ਰੈਸ਼ਨ ਦੀ, ਔਰ ਇਸ ਦੇ ਥੱਲੇ ਜਿਹੜੀ ਵੈਸਟਰਨ ਮੁਲਕਾਂ ਦੀ ਫਰੀਡਮ ਆਫ ਐਕਸਪ੍ਰੈਸ਼ਨ ਦੀ ਗੱਲ ਹੈ, ਉਹ ਇਹਨਾਂ ਨੂੰ ਕਿੰਨੀ ਤਕਲੀਫ ਦੇ ਹੈ। ਫਿਰ ਇਹ ਕਹਿੰਦਾ ਕਿ ਵੀ ਸੱਚ ਸਪੋਰਟ ਹੈਡ ਕਮ ਇਨ ਟੂ ਸ਼ਾਰਪ ਫੋਕਸ ਡਿਊਰਿੰਗ ਦਾ ਵਿਜ਼ਿਟ ਆਫ ਕੈਨੇਡੀਅਨ ਪੀ ਐਮ ਜਸਟਿਨ ਟਰੂਡੋ ਟੂ ਇੰਡੀਆ ਇਨ ਫੈਬਰੀ। ਰਿਪੋਰਟਸ ਇੰਡੀਕੇਟ ਦੈਟ ਪੰਜਾਬ ਚੀਫ ਮਿਨਿਸਟਰ ਅਮਰਿੰਦਰ ਸਿੰਘ ਹੈਡ ਇਨੀਸ਼ੀਅਲੀ ਰੈਜ਼ਿਸਟਿਡ ਮੀਟਿੰਗ ਟਰੂਡੋ ਐਂਡ ਹਿਸ ਡੈਲੀਗੇਸ਼ਨ ਪ੍ਰੋਟੈਸਟਿੰਗ ਕੈਨੇਡਾਜ਼ ਪਾਲਿਸੀ ਆਫ ਸਪੋਰਟ ਟੂ ਖਾਲਿਸਤਾਨੀ ਐਕਸਟ੍ਰੀਮਿਸਟ ਐਜ਼ ਵੈਲ ਐਜ਼ ਦਾ ਪ੍ਰੈਜ਼ੈਂਸ ਆਫ ਸੱਚ ਸਪੋਰਟਰਸ ਅਮੰਗ ਟਰੂਡੋਜ਼ ਕੈਬਨਿਟ ਇਨਕਲੂਡਿੰਗ ਡਿਫੈਂਸ ਮਿਨਿਸਟਰ ਹਰਜੀਤ ਸੱਜਣ। ਫਿਰ ਉਹਨੇ ਅੱਗੋਂ ਇਹ ਕਿਹਾ ਪਰ ਅਮਰਿੰਦਰ ਨੇ ਦਿੱਲੀ ਦੇ ਕਹਿਣ ਦੇ ਉੱਤੇ ਉਹ ਮਿਲ ਪਿਆ, ਔਰ ਉਹਨੇ ਅਮਰਿੰਦਰ ਸਿੰਘ ਟੁੱਕ ਦਾ ਓਪਰਚੁਨਿਟੀ ਟੂ ਪੁੱਟ ਅਕਰੋਸ ਦਾ ਵੈਰੀ ਸਟਰੋਂਗ ਵਿਊਜ਼ ਔਨ ਖਾਲਿਸਤਾਨੀ ਐਕਟੀਵਿਟੀਜ਼ ਇਨ ਕੈਨੇਡਾ ਟੂ ਹੈਂਡ ਓਵਰ ਏ ਲਿਸਟ ਆਫ 9 ਵਾਂਟਿਡ ਟੈਰਰਿਸਟ ਇਨ ਦੈਟ ਕੰਟਰੀ ਐਂਡ ਟੂ ਐਕਸਟੈਕਟ ਏ ਕੈਟਾਗੋਰੀਕਲ ਅਸ਼ੋਰੈਂਸ ਦੈਟ ਟਰੂਡੋ ਵੁੱਡ ਕਰੈਕ ਡਾਊਨ ਔਨ ਖਾਲਿਸਤਾਨੀ ਐਕਸਟ੍ਰੀਮਿਜ਼ਮ ਐਂਡ ਹੇਟ ਕ੍ਰਾਈਮ ਸਿਗਨੀਫਿਕੈਂਟਲੀ ਆਫਟਰ ਟਰੂਡੋਜ਼ ਰਿਟਰਨ ਟੂ ਕੈਨੇਡਾ। ਜਸਟ ਵਨ ਆਫ ਦਾ 9 ਔਨ ਅਮਰਿੰਦਰ ਸਿੰਘ ਲਿਸਟ ਹਰਦੀਪ ਸਿੰਘ ਨਿੱਜਰ ਵਾਜ਼ ਬਰੀਫਲੀ ਅਰੈਸਟਡ ਕੁਐਸਚਨਡ ਐਂਡ ਦੈਨ ਰਿਲੀਜ਼ਡ। ਨਿੱਜਰ ਇਜ਼ ਐਨ ਅਕਿਊਜ਼ਡ ਇਨ 2000 ਬੌਂਬ ਬਲਾਸਟ ਕੇਸ ਐਂਡ ਇਜ਼ ਆਲਸੋ ਵਾਂਟਡ ਇਨ ਅ ਕੇਸ ਰਿਲੇਟਡ ਟੂ ਕੰਸਪੀਰੇਸੀ ਟੂ ਕਿਲ ਹਿੰਦੂ ਲੀਡਰ ਇਨ 2016 ਨੋਨ ਟੂ ਬੀ ਇਨਵੋਲਵਡ ਇਨ ਦਾ ਰਿਕਰੂਟਮੈਂਟ ਐਂਡ ਟ੍ਰੇਨਿੰਗ ਆਫ ਖਾਲਿਸਤਾਨੀ ਟੈਰਰਿਸਟ ਵਲੰਟੀਅਰਸ। ਨਿੱਜਰ ਇਜ਼ ਵਨ ਆਫ ਦਾ ਪ੍ਰੋਮੀਨੈਂਟ ਸਪੋਰਟਰਸ ਆਫ ਲੰਡਨ ਡੈਕਲਰੇਸ਼ਨ ਐਂਡ ਇਜ਼ ਰਿਪੋਰਟਡ ਟੂ ਹੈਵ ਪੋਸਟਡ ਰਿਫਰੈਂਡਮ 2020 ਬਿੱਲ ਬੋਰਡਸ ਅਕਰੋਸ ਵੈਨਕੂਵਰ। ਹੁਣ ਕਿੰਨੀ ਤਕਲੀਫ ਹੋਈ, ਉਹ ਕਹਿੰਦਾ ਜੀ ਜਸਟਿਨ ਟਰੂਡੋ ਨੂੰ ਮਿਲਣਾ ਹੀ ਨਹੀਂ ਸੀ ਚਾਹੁੰਦਾ ਅਮਰਿੰਦਰ। ਫਿਰ ਸੈਂਟਰ ਨੇ ਪ੍ਰਵੇਲ ਕੀਤਾ, ਉਹਨੇ 9 ਦਹਿਸ਼ਤਗਰਦਾਂ ਦੀ ਲਿਸਟ ਦਿੱਤੀ ਟਰੂਡੋ ਨੂੰ ਜਿਹੜੇ ਕੈਨੇਡਾ 'ਚ ਬੈਠੇ ਨੇ। ਉਹ ਕਹਿੰਦੇ 8 ਦੇ ਤਾਂ ਉਹਨਾਂ ਨੇ ਬਿਲਕੁਲ ਕਾਰਵਾਈ ਨਹੀਂ ਕੀਤੀ, ਉਹਨੇ ਜਾ ਕੇ ਖੋਲ੍ਹੀ ਨਹੀਂ ਲਿਸਟ। ਇੱਕ ਉਹਨੇ ਹਰਦੀਪ ਸਿੰਘ ਨਿੱਜਰ ਨੂੰ ਕੈਨੇਡਾ ਵਾਲਿਆਂ ਨੇ ਥੋੜ੍ਹੀ ਦੇਰ ਲਈ ਪੁੱਛਗਿੱਛ ਲਈ ਸੱਦਿਆ, ਉਹਨੂੰ ਫਿਰ ਛੱਡਤਾ, ਔਰ ਹੁਣ ਉਹ ਜਿਹੜਾ ਹਰਦੀਪ ਸਿੰਘ ਨਿੱਜਰ ਆ ਰੈਫਰੈਂਡਮ 2020 ਦੇ ਬਿੱਲ ਬੋਰਡ ਲਾ ਰਿਹਾ ਸਾਰੇ ਪਾਸੇ ਲੰਡਨ ਡੈਕਲਰੇਸ਼ਨ ਦੀ ਗੱਲ ਕਰ ਰਿਹਾ। ਉਹਨੂੰ ਸੀ ਕਿ ਜੀ ਇਹ ਸਾਡੀ ਲਿਸਟ ਦਿੱਤੀ ਸੀ 9 ਬੰਦਿਆਂ ਨੂੰ ਜਾਂਦਿਆਂ ਅੰਦਰ ਦਿੰਦੇ, ਔਰ ਫਿਰ ਉਹਨਾਂ ਨੂੰ ਟੋਰਚਰ ਕਰਦੇ, ਫਿਰ ਉਹਨਾਂ ਨੂੰ ਜੋ ਵੀ ਲਿਖੇ ਲਿਖਾਏ ਬਿਆਨ ਨੇ ਉਹ ਉਹਨਾਂ ਤੋਂ ਮਨਾਉਂਦੇ ਔਰ ਸਾਡੇ ਹਵਾਲੇ ਕਰ ਦਿੰਦੇ। ਸੋ ਇਹ ਜਿਹੜੀ ਇਹਨਾਂ ਦੀ ਜ਼ਹਿਨੀਅਤ, ਇਹ ਸਾਬਤ ਇਹ ਕਰ ਰਿਹਾ ਕਿ ਜਸਟਿਨ ਟਰੂਡੋ ਗਵਰਨਮੈਂਟ ਰਲੀ ਹੋਈ ਹੈ ਇਹਨਾਂ ਦੇ ਨਾਲ, ਖਾਲਿਸਤਾਨੀਆਂ ਦੇ ਨਾਲ। ਨਹੀਂ ਤਾਂ ਜੀ ਸਾਡੇ ਕਪਤਾਨ ਨੇ ਇਹਨਾਂ ਨੂੰ ਲਿਸਟ ਦਿੱਤੀ, ਔਰ ਇਹ ਕਾਰਵਾਈ ਕੀ ਕਰਨੀ ਸੀ ਜਿਹਨੂੰ ਛੱਡਿਆ ਪੁੱਛਗਿੱਛ ਤੋਂ ਬਾਅਦ, ਉਹ ਲੰਡਨ ਡੈਕਲਰੇਸ਼ਨ ਦੀ ਗੱਲ ਕਰ ਰਹੇ। ਟੈਰਰਿਜ਼ਮ ਇਨ ਪੰਜਾਬ ਵਾਜ਼ ਡਿਫੀਟਡ ਇਨ 1993 ਆਫਟਰ ਨੀਅਰਲੀ ਏ ਡੈਕੇਡ ਐਂਡ ਹਾਫ ਆਫ ਐਕਸਟ੍ਰੀਮ ਵਾਇਲੈਂਸ। ਨੈਵਰਥਲੈਸ ਦਾ ਟੈਟਰਡ ਰੰਪ ਆਫ ਟੈਰਰਿਸਟ ਆਰਗਨਾਈਜੇਸ਼ਨ ਇਨ ਦਾ ਵਰਡਸ ਆਫ ਕੇ ਪੀ ਐਸ ਗਿੱਲ, ਉਹਨੂੰ ਕੋਟ ਕਰ ਰਿਹਾ, ਇਹ ਦਾ ਮੈਨ ਹੂ ਲੈਡ ਦਾ ਕਾਊਂਟਰ ਟੈਰਰਿਸਟ ਕੈਂਪੇਨ ਸਰਵਾਈਵਡ ਇਨ ਪਾਕਿਸਤਾਨ ਐਂਡ ਇਨ ਹੇਵਨਸ ਇਨ ਵੇਰੀਅਸ ਵੈਸਟਰਨ ਕੰਟਰੀਜ਼ ਪਰਟੀਕੁਲਰਲੀ ਕੈਨੇਡਾ ਐਂਡ ਯੂ ਐਸ। ਮਚ ਆਫ ਦਿਸ ਹਾਊਐਵਰ ਮੈਨੀਫੈਸਟ ਇਨ ਇਟਸੈਲਫ ਇਨ ਫਰੈਗਮੈਂਟਡ ਪ੍ਰੋਟੈਸਟ ਐਂਡ ਓਨਲੀ ਵੈਰੀ ਓਕੇਜਨਲੀ ਔਨ ਟੈਰਰਿਸਟ ਅਟੈਕਸ ਇਨ ਇੰਡੀਆ। ਕਹਿੰਦੇ ਸੀ ਇੱਥੇ ਤਾਂ ਮੁਕਾਤੇ ਸੀ ਕੇ ਪੀ ਗਿੱਲ ਨੇ ਜਿਹਨੇ ਬੜਾ ਕਾਊਂਟਰ ਟੈਰਰਿਜ਼ਮ ਦੇ ਥੱਲੇ ਕੀਤਾ, ਉਹਨੇ ਕਿਹਾ ਥੋੜ੍ਹੇ ਬਹੁਤ ਹੇਵਨ ਨੇ ਅਮਰੀਕਾ ਕੈਨੇਡਾ 'ਚ, ਉਹ ਵੀ ਕਦੇ ਕਦਾਈਂ ਪ੍ਰੋਟੈਸਟ ਹੁੰਦੇ ਨੇ ਤਾਂ ਸਾਹਮਣੇ ਆ ਜਾਂਦੇ ਨੇ। ਦਾ ਈਅਰ 2016-17 ਹਾਊਐਵਰ ਸਾਅ ਏ ਚੇਨ ਆਫ ਟਾਰਗੇਟ ਕਿਲਿੰਗਸ ਬਾਈ ਖਾਲਿਸਤਾਨੀ ਟੈਰਰਿਸਟ ਵਿਦ ਐਟਲੀਸਟ 9 ਪਰਸਨਸ ਕਿਲਡ ਐਂਡ 2 ਇੰਜਰਡ ਇਨ 11 ਅਟੈਕਸ ਵਿਚ ਆਰ ਬੀਂਗ ਇਨਵੈਸਟੀਗੇਟਡ ਬਾਈ NIA। ਅਰਲੀ ਇਨਵੈਸਟੀਗੇਸ਼ਨ ਬਾਈ ਦਾ ਪੰਜਾਬ ਪੁਲਿਸ ਹੈਡ ਰਿਜ਼ਲਟਡ ਇਨ ਦਾ ਅਰੈਸਟ ਆਫ ਪ੍ਰਿੰਸੀਪਲ ਸ਼ੂਟਰ ਹਰਦੀਪ ਸਿੰਘ
ਆਲਸੋ ਕਾਲਡ ਸ਼ੇਰਾ ਐਜ ਵੈਲ ਐਜ ਕੀ ਕੰਸਪੀਰੇਟਰ ਜਗਤਾਰ ਸਿੰਘ ਜੱਗੀ ਐਂਡ ਤਲਜੀਤ ਸਿੰਘ ਦੈਟ ਇਜ਼ ਜਿਮੀ ਬੋਥ ਫਰੋਮ ਯੂ ਕੇ ਫਰਦਰ ਇਨਵੈਸਟੀਗੇਸ਼ਨ ਐਕਸਪੋਜ਼ਡ ਇਨ ਨੈਟਵਰਕ ਆਫ ਹੈਂਡਲਰਸ ਕੰਸਪੀਰੇਟਰਸ ਐਂਡ ਫਾਈਨੈਂਸ਼ੀਅਲਸ ਅਕਰੋਸ ਦਾ ਯੂ ਕੇ ਕੈਨੇਡਾ ਐਂਡ ਇਟਲੀ। ਉਹ ਸਾਰੀ ਕਹਾਣੀ ਹੈ ਜੀ। ਪਹਿਲਾਂ ਤਾਂ ਪ੍ਰੋਟੈਸਟ ਹੀ ਕਰਦੇ ਸੀ 2017 'ਚ ਉਹਨਾਂ ਨੇ 9 ਹਿੰਦੂ ਲੀਡਰ ਉਡਾ ਦਿੱਤੇ, ਹੁਣ ਉਹ NIA ਦੇ ਕੋਲ ਹੈ ਕੇਸ, ਉਹਦੇ ਜਗਤਾਰ ਜੱਗੀ ਅਤੇ ਇਹ ਇਨਵੋਲਵ ਨੇ ਔਰ ਇਹਨਾਂ ਦੇ ਹੈਂਡਲਰ। ਇਹ ਜਦੋਂ ਤੁਸੀਂ ਇੱਦਾਂ ਦੀ ਲੈਂਗੁਏਜ ਵਰਤਦੇ ਹੋ ਇਹ ਫਿਰ ਇੰਟੈਲੀਜੈਂਸ ਆਪਰੇਸ਼ਨ ਹੈ ਕਿ ਜੀ ਜਿਵੇਂ ਉਹਨਾਂ ਦੇ ਉੱਥੇ ਨੇ ਔਰ ਸਭ ਦੇ ਲਿੰਕ ਫਿਰ ISI ਨਾਲ ਜੋੜ ਦਿਓ। ਦੇਅਰ ਆਰ ਅਦਰ ਇੰਡਾਈਸਿਸ ਆਫ ਰਾਈਜ਼ਿੰਗ ਖਾਲਿਸਤਾਨੀ ਮੋਬਿਲਾਈਜੇਸ਼ਨ ਅਕੋਰਡਿੰਗ ਟੂ ਸੋਰਸਿਸ ਬਿਟਵੀਨ 2009 ਐਂਡ 2016 15 ਖਾਲਿਸਤਾਨੀ ਟੈਰਰਿਸਟ ਮੋਡਿਊਲਸ ਵਰ ਨਿਊਟਰਲਾਈਜ਼ਡ ਬਾਈ ਪੰਜਾਬ ਪੁਲਿਸ ਬਿਟਵੀਨ 2017 ਐਂਡ ਜੂਨ 2018 ਅਲੋਨ 11 ਸੱਚ ਮੋਡਿਊਲਸ ਵਰ ਆਈਡੈਂਟੀਫਾਈਡ ਐਂਡ ਨਿਊਟਰਲਾਈਜ਼ਡ ਰਿਜ਼ਲਟਿੰਗ ਇਨ ਦਾ ਅਰੈਸਟ ਆਫ ਸਮ 50 ਟੈਰਰਿਸਟ ਐਂਡ ਦਾ ਆਈਡੈਂਟੀਫਿਕੇਸ਼ਨ ਆਫ 21 ਖਾਲਿਸਤਾਨੀ ਹੈਂਡਲਰਸ ਐਬਰੋਡ। ਹੁਣ ਇਹ ਸਾਰਾ ਐਬਰੋਡ ਹੋ ਰਿਹਾ, ਡਾਇਸਪੋਰਾ 21 ਹੈਂਡਲਰ ਬਾਹਰ ਬੈਠੇ ਨੇ ਔਰ ਇੰਨੇ ਜਿਹੜੇ ਨੇ ਉਹ ਪੂਰਾ ਉਹਨਾਂ ਨੇ ਇੱਕ ਮਾਡਲ ਤਿਆਰ ਕੀਤਾ ਸੀ ਜਿਹਦੇ ਥੱਲੇ ਉਹਨਾਂ ਨੇ ਕਰਨੇ। ਉਹ ਪੰਜਾਬ ਪੁਲਿਸ ਬੜੀ ਬਹਾਦਰ ਐਡੇ ਢਿੱਡ ਕੱਢੇ ਹੋਏ ਨੇ, ਉਹਨਾਂ ਨੇ ਬਿਲਕੁਲ ਲੱਭ ਲਏ ਔਰ ਉਹ ਜਿਹੜਾ ਉਹਨਾਂ ਨੇ ਬਹੁਤ ਕਾਮਯਾਬੀ ਹਾਸਲ ਕੀਤੀ। ਫਿਰ ਉਹਨੇ ਕਿਹਾ ਜੀ ਇਨ ਐਡੀਸ਼ਨ ਟੂ ਟਾਰਗੇਟ ਕਿਲਿੰਗਸ ਪ੍ਰਿੰਸੀਪਲੀ ਆਫ ਹਿੰਦੂ ਲੀਡਰਸ ਵਿਚ ਵਰ ਇੰਟੈਂਟਿਡ ਟੂ ਪ੍ਰੋਵੋਕ ਕੌਮੀਨਲ ਪੋਲਰਾਈਜੇਸ਼ਨ ਵਾਇਲੈਂਸ ਇਨ ਪੰਜਾਬ ਦਾ ਖਾਲਿਸਤਾਨੀਜ਼ ਐਬਰੋਡ ਹੈਵ ਆਲਸੋ ਸੌਟ ਟੂ ਇੰਸਟੀਗੇਟ ਡਿਸਟਰਬੈਂਸ ਥਰੂ ਏ ਨੰਬਰ ਆਫ ਆਰਕੈਸਟ੍ਰੇਟਡ ਈਵੈਂਟਸ ਦਾ ਮੋਸਟ ਪ੍ਰੋਮੀਨੈਂਟ ਅਮੰਗ ਦਮ ਵਾਸ ਦਾ ਸੈਕਰੀਲੇਜ ਕੈਂਪੇਨ ਇਨ 2015 ਇਨ ਵਿਚ ਦਾ ਡਿਸਕਵਰੀ ਆਫ ਮਿਊਟੀਲੇਟਡ ਪੇਜਿਸ ਆਫ ਗੁਰੂ ਗ੍ਰੰਥ ਸਾਹਿਬ ਰਿਜ਼ਲਟਡ ਇਨ ਵਾਇਲੈਂਟ ਡੈਮੋਸਟ੍ਰੇਸ਼ਨ ਐਂਡ ਇਵੈਂਚੁਅਲ ਪੁਲਿਸ ਫਾਇਰਿੰਗ ਵਿਚ ਕਿਲਡ ਐਟ ਲੀਸਟ 2 ਪਰਸਨਸ ਐਟ ਬੇਬਲ ਕਲਾਂ ਇਨ 2015 ਦਾ ਪਾਰਡਨਿੰਗ ਆਫ ਅਕਾਲ ਤਖ਼ਤ ਡੇਰਾ ਸੱਚਾ ਸੌਦਾ ਚੀਫ ਰਾਮ ਰਹੀਮ ਹੂ ਹੈਡ ਬੀਨ ਅਕਿਊਜ਼ਡ ਆਫ ਹੀਅਰਸੀ ਆਲਸੋ ਪ੍ਰੋਵਾਈਡਡ ਬਰੀਫ ਓਪਰਚੁਨਿਟੀ ਫਾਰ ਰੈਡੀਕਲ ਮੋਬਿਲਾਈਜੇਸ਼ਨ। ਹੁਣ ਤੁਸੀਂ ਝੂਠ ਦੀ ਇੰਤਹਾ ਦੇਖੋ। ਇੱਕ ਪਾਸੇ ਇਹਨਾਂ ਦੀ ਸਰਕਾਰ ਦਾ ਕਮਿਸ਼ਨ ਅਮਰਿੰਦਰ ਦੀ ਬਾਦਲ ਨੇ ਬਣਾਇਆ, ਜੋਰਾ ਸਿੰਘ ਕਮਿਸ਼ਨ ਉਹਨੇ ਵੀ, ਰਣਜੀਤ ਸਿੰਘ ਕਮਿਸ਼ਨ ਨੇ ਕਲੀਅਰਲੀ ਫਾਇਰਿੰਗ ਲਈ DGP ਸੁਮੇਧ ਸੈਣੀ ਤੋਂ ਥੱਲੇ ਤੱਕ ਔਰ ਆਲਰੇਡੀ ਜਿਹੜੀ ਖਟੜੇ ਦੇ ਥੱਲੇ ਇਹਨਾਂ ਦੀ ਇਨਵੈਸਟੀਗੇਟਿਵ ਟੀਮ ਸੀ ਉਹਨਾਂ ਨੇ ਸੌਦਾ ਸਾਹਿਬ ਦੇ ਚੇਲੇ ਕਿਵੇਂ ਉਹਨਾਂ ਨੇ ਬਰਗਾੜੀ ਤੋਂ ਚੁੱਕੇ, ਗੁਰੂ ਗ੍ਰੰਥ ਸਾਹਿਬ ਦੇ ਬੁਰਜ ਜਵਾਹਰ ਸਿੰਘ ਵਾਲਾ ਤੋਂ ਚੁੱਕੇ ਬਰਗਾੜੀ 'ਚ ਖਿਲਾਰੇ। ਸੋ ਜ਼ਾਹਰ ਹੈ ਅੱਜ ਵੀ ਸਾਡੇ ਵੀਰ ਬਲਜਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਸਟੋਰੀ ਭੇਜੀ ਹੈ ਟ੍ਰਿਬਿਊਨ ਦੀ ਕਿ ਕੀ ਕਿਵੇਂ ਕਿਵੇਂ ਕਿਹਨੇ ਚੁੱਕੇ, ਕਿਹੜੇ ਇਹਨਾਂ ਦੇ ਸੌਦਾ ਸਾਹਿਬ ਦੇ ਚੇਲੇ ਸੀ ਔਰ ਇਹ ਬੇਈਮਾਨ ਸਨ ਹੀ ਜਿਹੜਾ ਹੈ ਇਹਨਾਂ ਦਾ। ਇਹ ਵੀ ਕਹਿ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦੀ ਬੇਅਦਬੀ ਬਾਹਰ ਬੈਠੇ ਖਾਲਿਸਤਾਨੀਆਂ ਨੇ ਕਰਾਈ ਡਾਇਸਪੋਰਾ ਵਾਲਿਆਂ ਨੇ ਔਰ ਉਹਦੇ ਥੱਲੇ ਹੀ ਜਿਹੜਾ ਇਹ ਸਾਰਾ ਹੋਇਆ ਕਿਉਂਕਿ ਇਹ ਉਹਨਾਂ ਦਾ ਹੀ ਕੰਮ ਹੈ। ਦੇਅਰ ਹੈਜ਼ ਆਲਸੋ ਬੀਨ ਏ ਟ੍ਰਮੈਂਡਸ ਪ੍ਰੋਲੀਫਰੇਸ਼ਨ ਆਫ ਖਾਲਿਸਤਾਨੀ TV ਚੈਨਲਸ ਐਂਡ ਵੈਬਸਾਈਟਸ ਕੰਟਰੋਲਡ ਬਾਈ ਰੈਡੀਕਲ ਐਲੀਮੈਂਟਸ ਇਨ ਸਿੱਖ ਡਾਇਸਪੋਰਾ ਸਪਿਊਇੰਗ ਪ੍ਰੋਪੇਗੈਂਡਾ ਐਂਡ ਹੇਟ ਐਜ ਵੈਲ ਐਜ਼ ਏ ਟਾਰਗੇਟਿਡ ਕੈਂਪੇਨ ਟੂ ਕ੍ਰੀਏਟ ਏ ਸਬ ਕਲਚਰ ਆਫ ਐਕਸਟ੍ਰੀਮਿਜ਼ਮ ਵਿਦਇਨ ਪੰਜਾਬ ਲਾਰਜਲੀ ਫੋਕਸਡ ਔਨ ਦ ਐਕਸਟੈਂਡਡ ਫੈਮਲੀਜ਼ ਆਫ ਖਾਲਿਸਤਾਨੀ ਟੈਰਰਸ। ਹੁਣ TV 84 ਤਾਂ ਨਹੀਂ ਕਿਹਾ ਕਿਉਂਕਿ ਹੋਰ ਵੀ ਚੈਨਲ ਨੇ, ਪਰ ਹੁਣ ਉਹਨਾਂ ਨੂੰ ਇਹ ਹੈ ਵੀ ਹੁਣ ਤੱਕ ਜਿਸ ਫੀਲਡ 'ਚ ਇਹਨਾਂ ਦੀ ਡੋਮੀਨੈਂਸ ਸੀ ਔਰ ਇਹ ਝੂਠ ਵੇਚਦੇ ਸੀ, ਹੁਣ ਉਹਨਾਂ ਦੀ ਝੂਠ ਦੀ ਮਿਸਾਈਲ ਰਾਹ 'ਚ ਹੀ ਫੜ ਕੇ ਵਾਪਸ ਉਹਨਾਂ 'ਤੇ ਸੁੱਟ ਦਿੰਦੇ ਜਾਂਦੇ। ਜਿਹੜੀਆਂ ਮਿਜ਼ਾਈਲਾਂ ਮਿਜ਼ਾਈਲ ਰੋਕੂ ਪ੍ਰੋਗਰਾਮ ਹੁੰਦੇ ਨੇ, ਇੱਕ ਰੋਕ ਕੇ ਫਿਰ ਇਹਨਾਂ ਦੇ ਸਿਰ 'ਚ ਮਾਰਨੇ। ਹੁਣ ਉਹ ਕਹਿ ਰਿਹਾ ਕਿ ਹੁਣ ਜਿਹੜੀ ਟ੍ਰੈਮੈਂਡਸ ਪ੍ਰੋਲੀਫਰੇਸ਼ਨ ਆਫ ਖਾਲਿਸਤਾਨੀ TV ਚੈਨਲ, ਕਿ ਖਾਲਿਸਤਾਨੀ TV ਚੈਨਲ ਬਹੁਤ ਤੇਜ਼ੀ ਦੇ ਨਾਲ
ਬਣ ਗਏ ਨੇ ਐਂਡ ਵੈਬਸਾਈਟਸ ਵੈਬਸਾਈਟ ਵੀ ਬਣ ਗਏ ਨੇ ਉਹਨੂੰ ਰੈਡੀਕਲ ਐਲੀਮੈਂਟ ਕੰਟਰੋਲ ਕਰਦੇ ਨੇ ਬਾਹਰ ਬੈਠੇ ਉਹ ਪ੍ਰੋਪੇਗੈਂਡਾ ਔਰ ਨਫ਼ਰਤ ਤੁਹਾਡੇ 'ਚੋਂ ਤਾਂ ਪਿਆਰ ਦੀਆਂ ਅੰਮ੍ਰਿਤ ਦੀਆਂ ਬੂੰਦਾਂ ਨਿਕਲ ਰਹੀਆਂ ਤੁਹਾਡਾ ਮੀਡੀਆ ਜੋ 3.5-3 ਫੁੱਟੀਆਂ ਐਂਕਰਾਂ ਜਿਹੜੀਆਂ ਉਛਲ ਰਹੀਆਂ ਉਹ ਤਾਂ ਪਿਆਰ ਦੇ ਵਿੱਚ ਹੀ ਉਛਲ ਉਛਲ ਕੇ ਹਰ ਇੱਕ ਨੂੰ ਗਲਵੱਕੜੀ 'ਚ ਲੈ ਰਹੀਆਂ ਕਿ ਜੀ ਅਸੀਂ ਜਿਹੜਾ ਸਭ ਨੂੰ ਪਿਆਰ ਕਰਦੇ ਹਾਂ ਅਸੀਂ ਬਾਹਰ ਬੈਠੇ ਜਿਹੜੇ ਉਹ ਹੇਟਡ ਤੁਹਾਨੂੰ ਦੇ ਰਹੇ ਫਿਰ ਉਹਨੇ ਕਿਹਾ ਜੀ ਵੀ ਇਹ ਜਿਹੜਾ ਇਹਦੇ 'ਚੋਂ ਇੱਕ ਸਬ ਕਲਚਰ ਪੈਦਾ ਹੋ ਰਿਹਾ ਕਿ ਵੀ ਪੰਜਾਬ ਦੇ ਵਿੱਚ ਵੀ ਜਿਹੜੀ ਹੈ ਇਸ ਕਿਸਮ ਦੀਆਂ ਗੱਲਾਂ ਸ਼ੁਰੂ ਹੋ ਰਹੀਆਂ ਨੇ ਔਰ ਐਕਸਟੈਂਡਡ ਫੈਮਿਲੀਜ਼ ਤੱਕ ਪਹੁੰਚ ਰਹੀ ਅਪਾਰਟ ਫਰੋਮ ਲਿਮਿਟਡ ਐਕਟੀਵਿਟੀਜ਼ ਆਫ ਪੁਲਿਸ ਵਿਦਇਨ ਏ ਲਾ ਐਨਫੋਰਸਮੈਂਟ ਐਂਡ ਕਾਊਂਟਰ ਟੈਰਰਿਜ਼ਮ ਕੰਟੈਕਸ ਦੇਰ ਹੈਜ਼ ਬੀਨ ਲਿਟਲ ਕੋਹਰੈਂਟ ਸਟੇਟ ਰਿਸਪੋਂਸ ਟੂ ਦੀਜ਼ ਚੈਲੇਂਜਿਸ ਉਹਨਾਂ ਨੇ ਕਿਹਾ ਜੀ ਪੁਲਿਸ ਮਾੜੇ ਮੋਟੇ ਉੱਪਰ ਕਿਉਂਕਿ ਕ੍ਰੈਡਿਟ ਦੇ ਆਇਆ ਵੀ ਉਹਨੇ ਪੁਲਿਸ ਨੇ ਬਸਟ ਕੀਤੇ ਮੋਡਿਊਲ ਉਹਨੇ ਕਿਹਾ ਜੀ ਅਦਰਵਾਈਜ਼ ਕੋਈ ਬਾਕੀ ਐਕਟੀਵਿਟੀ ਨਜ਼ਰ ਨਹੀਂ ਆਉਂਦੀ ਜਿਹੜੀ ਇੰਨਾ ਵੱਡਾ ਚੈਲੇਂਜ ਡਾਇਸਪੋਰਾ ਨੇ ਦਿੱਤਾ ਹੈ ਉਹਦਾ ਕੋਈ ਨਹੀਂ ਹੈ ਵਰਸ 10 ਈਅਰਸ ਆਫ SAD BJP ਮਿਸ ਰੂਲ ਇਨ ਦਾ ਸਟੇਟ ਹੈਜ਼ ਅੰਡਰਮਾਈਂਡ ਪੁਲਿਸ ਇੰਸਟੀਟਿਊਸ਼ਨਸ ਐਂਡ ਡਰਾਮੈਟਿਕਲੀ ਅਰੋਡਿਡ ਪੁਲਿਸ ਕੈਪੈਸਿਟੀ ਹੁਣ ਇਹ ਹੈ ਟ੍ਰੇਟਰਸ ਦਾ ਇਹੀ ਹਾਲ ਹੁੰਦਾ ਹੈ ਕਿ ਉਹਨਾਂ ਨੂੰ ਪੂੰਜੋ ਵਰਤੋ ਅਤੇ ਫਿਰ ਉਹਨਾਂ ਨੂੰ ਡੰਪ ਕਰ ਦਿਉ ਹੁਣ ਇਹ ਬਾਦਲ ਜਿੰਨਾ ਮਰਜ਼ੀ ਹਿੰਦੂਤਵੀ ਸ਼ੋ ਬੋਏ ਹੋਏ 10 ਸਾਲ ਇਹਨਾਂ ਦੀਆਂ ਜੁੱਤੀਆਂ ਚੱਟਦਾ ਰਿਹਾ ਇਹ ਕਹਿ ਰਹੇ ਨੇ 10 ਸਾਲ ਕੁਛ ਨਹੀਂ ਕੀਤਾ ਉਹਨਾਂ ਨੇ ਪੁਲਿਸ ਵੀ ਨਿਕੰਮੀ ਕਰਤੀ ਔਰ ਹੁਣ ਬੋਥ ਦਾ ਪੰਜਾਬ ਐਂਡ ਸੈਂਟਰਲ ਗਵਰਨਮੈਂਟ ਹੈਵ ਨਾਓ ਐਕਨੋਲਜਡ ਦਾ ਗਰੋਇੰਗ ਚੈਲੇਂਜ ਆਫ ਖਾਲਿਸਤਾਨੀ ਮੋਬਿਲਾਈਜੇਸ਼ਨ ਵਿਦ ਇਟਸ ਪ੍ਰਿੰਸੀਪਲ ਸੋਰਸਿਸ ਐਬਰੋਡ ਕਿ ਹੁਣ ਪੰਜਾਬ ਸਰਕਾਰ ਵੀ ਦਿੱਲੀ ਵੀ ਮੰਨਦੀ ਹੈ ਕਿ ਬਹੁਤ ਵੱਡਾ ਚੈਲੇਂਜ ਹੈ ਉਹ ਤਾਂ ਕਹਿ ਰਿਹਾ 100 ਬੰਦਾ ਫੋਲੋ ਕਰਦਾ ਹੈ ਇਹਨੂੰ ਕੌਣ ਪੁੱਛਦਾ ਹੈ ਕਰ ਲੈਣ ਦਿਓ ਰੌਲਾ ਪਾ ਲੈਣ ਦਿਓ ਹੁਣ ਤੁਸੀਂ ਕਹਿੰਦੇ ਹੋ ਜੀ ਤੁਹਾਡੀਆਂ ਸਰਕਾਰਾਂ ਹੁਣ ਕਹਿੰਦੀਆਂ ਬਹੁਤ ਵੱਡਾ ਚੈਲੇਂਜ ਹੈ ਪਹਿਲਾਂ ਇਹ ਦੇਖੋ ਵੀ ਤੁਸੀਂ ਉਹਦੇ ਨਾਲ ਹਿਰਨ ਉਹਦੇ ਨਾਲ ਉਹ ਖਰਗੋਸ਼ ਨਾਲ ਉਹ ਕਿ ਸ਼ਿਕਾਰੀ ਕੁੱਤੇ ਨਾਲ ਵੀ ਕਿਹੜੇ ਬਿਆਨ 'ਤੇ ਤੁਸੀਂ ਖੜੇ ਹੋ ਸੱਚ ਰੈਕਗਨੀਸ਼ਨ ਆਫ ਦਾ ਪ੍ਰੋਬਲਮ ਇਜ਼ ਹਾਊਐਵਰ ਯੈਟ ਟੂ ਰਿਜ਼ਲਟ ਇਨ ਐਨੀ ਡਰਾਮੈਟਿਕ ਆਗਮੈਂਟੇਸ਼ਨ ਆਫ ਦਾ ਨੈਸੈਸਰੀ ਕੈਪੈਸਿਟੀਜ਼ ਐਂਡ ਕੈਪਾਬਿਲਿਟੀਜ਼ ਟੂ ਕਨਫਰੰਟ ਇਟ ਔਰ ਐਨੀ ਕੋਹਰੈਂਟ ਪੋਲਿਸੀ ਟੂ ਰਿਜ਼ੋਲਵ ਇਟ ਉਹਨੇ ਕਿਹਾ ਜੀ ਹੁਣ ਮੰਨ ਤਾਂ ਲਿਆ ਪਰ ਅਜੇ ਤੱਕ ਕੋਈ ਪੋਲਿਸੀ ਨਜ਼ਰ ਨਹੀਂ ਆਈ ਕਿ ਕੀ ਕਰਨਾ ਹਾਲਾਂ ਸਾਡੇ ਇੱਕ ਸੋਰਸ ਨੇ ਅੱਜ ਹੀ ਸਾਨੂੰ ਦੱਸਿਆ ਕਿ ਵੀ ਬੜੀ ਤੇਜ਼ੀ ਨਾਲ ਇਹ ਲਿਸਟਾਂ ਬਣਾ ਰਹੇ ਨੇ ਪੰਜਾਬ 'ਚ ਵੀ ਦੂਜੇ ਵੀ ਔਰ ਖਾਸ ਤੌਰ 'ਤੇ ਜਿਹੜੇ ਮਾੜੇ ਮੋਟੇ ਵੀ ਹਮਦਰਦੀ ਰੱਖਦੇ ਨੇ ਸੋਸ਼ਲ ਮੀਡੀਆ 'ਤੇ ਤਾਂ ਹੈ ਹੀ ਹੈ ਜਿਹੜੇ ਕੋਈ ਆਉਣ ਜਾਣ ਦਾ ਵੀ ਰੱਖਦੇ ਨੇ ਉਹਨਾਂ ਸਾਰਿਆਂ ਨੂੰ ਆਉਣ ਵਾਲੇ ਪੀਰੀਅਡ 'ਚ ਇਹ ਬੜਾ ਜ਼ਬਰਦਸਤ ਕਰੈਕਡਾਊਨ ਕਰਨਗੇ ਔਰ ਇਹ ਜਿਹੜਾ ਮਿਸਟਰ ਸਾਨੀ ਇਹਨਾਂ ਦਾ ਟੁਚਾ ਏਜੰਸੀਆਂ ਦਾ ਕਨਫਲਿਕਟ ਮੈਨੇਜਮੈਂਟ 'ਚ ਬੈਠਾ ਉਹਨੇ ਦੱਸ ਦਿੱਤਾ ਵੀ ਆਉਣ ਵਾਲੇ ਪੀਰੀਅਡ 'ਚ ਹੁਣ ਏਜੰਸੀਆਂ ਦਾ ਫਰਦਰ ਕੀ ਲਾਈਨ ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਇੱਥੇ ਲੈਂਦੇ ਹਾਂ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਦੇ ਸਰੋਤਿਆਂ ਨੂੰ ਹਾਂ ਮੈਂ ਇੱਕ ਗੱਲ ਦੱਸਦੇ ਹਾਂ ਕਿ ਦਲ ਖਾਲਸਾ ਨੇ ਕਾਲ ਦਿੱਤੀ ਹੈ ਕਿ 15 ਅਗਸਤ ਦਾ ਦਿਨ ਜਿਹੜਾ ਐਜ਼ ਏ ਬਲੈਕ ਡੇ ਜਿਹੜਾ ਇਹ ਆਪਣਾ ਆਜ਼ਾਦੀ ਦਿਵਸ ਕਹਿ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਸਾਈਟ ਡਿਨਾਇਲ ਆਫ ਰਾਈਟ ਟੂ ਸੈਲਫ ਡਿਟਰਮੀਨੇਸ਼ਨ ਐਂਡ ਫੇਲਿਓਰ ਟੂ ਪ੍ਰੋਸੀਕਿਊਟ ਸੁਮੇਧ ਸੈਣੀ ਐਜ਼ ਮੇਨ ਰੀਜ਼ਨ ਫਾਰ ਪ੍ਰੋਟੈਸਟ ਔਨ ਅਗਸਤ 15 ਅਸੀਂ ਆਉਣ ਵਾਲੇ ਦਿਨਾਂ 'ਚ ਉਹਨਾਂ ਦੇ ਕਿਸੇ ਆਗੂ ਦੇ ਨਾਲ ਵੀ ਗੱਲਬਾਤ ਕਰਾਂਗੇ ਸੋ ਇਹ ਇੱਕ ਚੰਗੀ ਗੱਲ ਹੈ ਵੀ ਇਹ ਉੱਥੇ ਬੈਠੇ ਨੇ ਜਿਹੜੀ ਐਕਟੀਵਿਟੀ ਉੱਥੇ ਵੀ ਹੁੰਦੀ ਹੈ ਔਰ ਇਹ ਲਗਾਤਾਰਤਾ ਨਾਲ 40 ਸਾਲ ਦਲ ਖਾਲਸਾ ਦੀ ਫਾਊਂਡਿੰਗ ਨੂੰ ਹੋ ਗਏ ਨੇ ਔਰ ਦਲ ਖਾਲਸਾ ਬੜੀ ਮਜ਼ਬੂਤੀ ਦੇ ਨਾਲ ਖਾਲਿਸਤਾਨ ਦੀ ਗੱਲ ਭਾਈ ਗਜਿੰਦਰ ਸਿੰਘ ਦੇ ਜ਼ਮਾਨੇ ਤੋਂ ਜਿਹੜੀ ਹੈ ਲਗਾਤਾਰਤਾ ਨਾਲ ਵਿਦ ਇਨ ਦਾ ਲਾਅ ਕਰਦੇ ਨੇ ਔਰ ਬਹੁਤ ਚੰਗੀ ਗੱਲ ਹੈ ਵੀ ਇਹਨਾਂ ਨੇ ਜਿਹੜਾ ਇਸ ਵਾਰ ਵੀ ਹਰ ਸਾਲ ਦੀ ਤਰ੍ਹਾਂ
15 ਅਗਸਤ ਦਾ ਦਿਨ ਐਸ ਏ ਬਲੈਕ ਡੇ ਕਾਲਾ ਦਿਨ ਮਨਾਉਣ ਦਾ ਜੀ ਰਾਜ ਸਾਹਿਬ ਇਸ ਲਈ ਬ੍ਰੇਕ ਬ੍ਰੇਕ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਅਤੇ ਸਰੋਤਿਆਂ ਨੂੰ ਅਪੀਲ ਅਤੇ ਬੇਨਤੀ ਕਰਦੀ ਹੈ ਵੀਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਇੱਕ ਪੰਥਕ ਚੈਨਲ ਹੈ TV84 ਸਿੱਖਾਂ ਕਸ਼ਮੀਰੀਆਂ ਅਤੇ ਭਾਰਤੀਆਂ ਨੌਰਥ ਈਸਟ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਵੱਧ ਡੋਨੇਟ ਕਰੋ ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694 ਵਿਊਅਰਸ ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ ਮਿਲਦੇ ਆਫਟਰ ਦਿਸ ਸ਼ਾਰਟ ਬ੍ਰੇਕ